ਸਤਿ ਸ਼੍ਰੀ ਅਕਾਲ ਜੀ ਟੀਵੀ ਪੰਜਾਬ ਲਈ ਮੈਂ ਤਵਿੰਦਰ ਕੌਰ ਇਸ ਵੇਲੇ ਅਸੀਂ ਮਕਾਨ ਨੰਬਰ 1245 ਸੈਕਟਰ 43 ਬੀ ਚੰਡੀਗੜ੍ਹ ਵਿੱਚ ਖਲੋਤੇ ਹਾਂ ਇਹ ਹੈ ਘਰ ਇਹ ਮਾਨ ਮੱਤਾ ਭਾਗਾ ਭਰਿਆ ਇਹ ਘਰ ਹੈ ਸਰਦਾਰ ਗੁਰਸ਼ੰਨ ਸਿੰਘ ਜੀ ਭਾਈ ਮੰਨਾ ਸਿੰਘ ਜੀ ਦੇ ਨਾਮ ਨਾਲ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਇਹ ਉਹਨਾਂ ਦਾ ਘਰ ਹੈ ਜੋ ਭਾਵੇਂ ਸਰੀਰਕ ਤੌਰ ਤੇ ਸਤੰਬਰ 2011 ਵਿੱਚ ਸਾਥੋਂ ਵਿਛੜ ਗਏ ਸਨ ਉਹ ਆਪਣੀ ਅਗਲੀ ਯਾਤਰਾ ਤੇ ਤੁਰ ਗਏ ਸਨ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਦੇ ਕੰਮ ਉਹਨਾਂ ਦੀ ਸਮਾਜ ਨੂੰ ਵੱਡੀ ਦੇਣ ਉਹ ਉਵੇਂ ਜਿਵੇਂ ਕਾਇਮ ਹੈ ਤੇ ਇਹ ਅਸੀਂ ਅੱਜ ਤੁਹਾਨੂੰ ਦਿਖਾ ਰਹੇ ਹਾਂ ਗੁਰਚਰਨ ਸਿੰਘ ਮੈਮੋਰੀਅਲ ਗੈਲਰੀ ਇਹ ਉਹਨਾਂ ਦਾ ਆਪਣਾ ਘਰ ਸੀ ਜਿੱਥੇ ਇਸ ਦੇ ਅੱਧੇ ਹਿੱਸੇ ਵਿੱਚ ਇਹ ਗੈਲਰੀ ਉਹਨਾਂ ਦੇ ਨਾਲ ਸੰਬੰਧਿਤ ਯਾਦਾਂ ਉਹਨਾਂ ਦਾ ਕੁਝ ਸਮਾਨ ਉਹਨਾਂ ਦੇ ਰੰਗਮંચ ਨਾਲ ਸੰਬੰਧਤ ਉਹਨਾਂ ਦੀਆਂ ਕੁਝ ਪੋਸ਼ਾਕਾਂ ਅਤੇ ਇਨਾਮ ਸਨਮਾਨ ਰੱਖੇ ਹੋਏ ਨੇ ਆਓ ਅਸੀਂ ਤੁਹਾਨੂੰ ਇਹ ਗੈਲਰੀ ਦਿਖਾਉਨੇ ਇਸ ਗੈਲਰੀ ਵਿੱਚ ਬਾਜੀ ਦੇ ਬਚਪਨ ਤੋਂ ਲੈ ਕੇ ਉਹਨਾਂ ਦੇ ਪਰਿਵਾਰ ਦੀਆਂ ਉਹਨਾਂ ਦੇ ਮਾਤਾ ਪਿਤਾ ਤੇ ਭੈਣ ਭਰਾਵਾਂ ਦੀਆਂ ਤਸਵੀਰਾਂ ਤੋਂ ਲੈ ਕੇ ਉਹਨਾਂ ਦੇ ਪਰਿਵਾਰ ਉਹਨਾਂ ਦੀ ਪਤਨੀ ਅਤੇ ਉਹਨਾਂ ਦੀਆਂ ਦੋਵੇਂ ਧੀਆਂ ਦੀਆਂ ਤਸਵੀਰਾਂ ਹਨ ਯਾਦਗਾਰੀ ਤਸਵੀਰਾਂ ਹਨ ਉਹਨਾਂ ਦੇ ਰੰਗਮંચ ਦੀਆਂ ਖਾਸ ਤਸਵੀਰਾਂ ਹਨ ਤੁਸੀਂ ਆਲੇ-ਦੁਆਲੇ ਵੇਖ ਸਕਦੇ ਹੋ ਉਹਨਾਂ ਦੇ ਵੱਖ-ਵੱਖ ਸਮੇਂ ਦੇ ਵੱਖ-ਵੱਖ ਦਹਾਕਿਆਂ ਦੇ ਜਿੰਨੇ ਵੀ ਰੰਗਮંચ ਦੇ ਤਜਰਬੇ ਉਹਨਾਂ ਨੇ ਕੀਤੇ ਉਹਨਾਂ ਨੇ ਲੋਕਾਂ ਵਿੱਚ ਜਾ ਕੇ ਪਿੰਡਾਂ ਵਿੱਚ ਜਾ ਕੇ ਦਫ਼ਤਰਾਂ ਵਿੱਚ ਆਪਣੇ ਪੱਧਰ ਤੇ ਹਰ ਥਾਂ ਉਹਨਾਂ ਨੇ ਲਾਮਬੰਦੀ ਕੀਤੀ ਲੋਕਾਂ ਨੂੰ ਇਕੱਠੇ ਕੀਤਾ ਲੋਕਾਂ ਦੇ ਮਸਲੇ ਉਠਾਏ ਅਤੇ ਉਹਨਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਨਾਟਕ ਕੀਤੇ ਲੋਕਾਂ ਦੇ ਮਸਲਿਆਂ ਉੱਤੇ ਇਹ ਸਾਰੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਾਜੀ ਨਾਲ ਸੰਬੰਧਿਤ ਹਨ ਬਾਜੀ ਦੇ ਵੱਖ-ਵੱਖ ਵੇਲਿਆਂ ਦੇ ਕੀਤੇ ਨਾਟਕਾਂ ਦੀਆਂ ਹਨ ਅਤੇ ਅਖੀਰ ਜਦੋਂ ਉਹ ਇੱਕ ਕਥਾ ਬਣ ਗਏ ਸਨ ਜਦੋਂ ਉਹ ਹੋਰਾਂ ਨੂੰ ਸੇਧ ਵੀ ਦੇਣ ਵਾਲੇ ਬਣ ਗਏ ਸਨ ਬਹੁਤ ਸਾਰੇ ਕਲਾਕਾਰਾਂ ਲਈ ਉਹ ਪ੍ਰੇਰਨਾ ਸਰੋਤ ਸਨ ਤਾਂ ਉਹਨਾਂ ਸਮਿਆਂ ਵਿੱਚ ਉਹਨਾਂ ਦੇ ਕੋ ਐਕਟਰਸ ਦੀਆਂ ਤਸਵੀਰਾਂ ਜਾਂ ਇਹਨਾਂ ਵਿੱਚੋਂ ਬਹੁਤ ਸਾਰੀਆਂ ਤਸਵੀਰਾਂ ਉਹਨਾਂ ਨੂੰ ਉਹਨਾਂ ਦੇ ਜੋ ਨਵੇਂ ਕਲਾਕਾਰ ਉਹਨਾਂ ਨਾਲ ਆਉਂਦੇ ਸਨ ਉਹਨਾਂ ਤੋਂ ਸਿੱਖਦੇ ਸਨ ਉਹਨਾਂ ਦੀਆਂ ਪੇਟ ਕੀਤੀਆਂ ਹੋਈਆਂ ਵੀ ਨੇ ਅਤੇ ਇਹ ਕਿਉਂਕਿ ਆਰਟ ਗੈਲਰੀ ਉਹਨਾਂ ਦੇ ਆਪਣੇ ਘਰ ਦੇ ਅੱਧੇ ਹਿੱਸੇ ਵਿੱਚ ਬਣਾਈ ਹੋਈ ਹੈ ਤੇ ਇਹਨੂੰ ਇਸ ਵੇਲੇ ਸੰਭਾਲ ਰਹੇ ਹਨ ਅਨੀਤਾ ਸ਼ਬਦੀਸ਼ ਜੀ ਅਨੀਤਾ ਸ਼ਬਦੀਸ਼ ਰੰਗਮੰਚ ਦੀ ਇੱਕ ਅਜ਼ੀਮ ਹਸਤੀ ਹੈ ਅਤੇ ਉਹ ਲਗਾਤਾਰ ਭਾਜੀ ਨਾਲ ਕੰਮ ਕਰਦੇ ਰਹੇ ਹਨ ਰੰਗਮંચ ਨੂੰ ਪਰਣਾਈ ਹੋਈ ਅਨੀਤਾ ਜੁਬਦੀਸ਼ ਜੀ ਨਾਲ ਅਸੀਂ ਹੁਣੇ ਗੱਲਬਾਤ ਕਰਾਂਗੇ ਅਨੀਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਗੁਰਸ਼ੰਦ ਸਿੰਘ ਮੈਮੋਰੀਅਲ ਗੈਲਰੀ ਦੇ ਵਿੱਚ ਅਸੀਂ ਅਨੀਤਾ ਜੀ ਜਾਣਨਾ ਚਾਹੁੰਦੇ ਹਾਂ ਕਿ ਇਹ ਕਦੋਂ ਤੋਂ ਤੁਸੀਂ ਇਹ ਉਪਰਾਲਾ ਕੀਤਾ ਤੇ ਉਹਨਾਂ ਦੀਆਂ ਧੀਆਂ ਤੇ ਉਹਨਾਂ ਦੀ ਪਤਨੀ ਉਹਨਾਂ ਦਾ ਕੀ ਸਹਿਯੋਗ ਹੈ ਇਹਦੇ ਵਿੱਚ ਗੁਰਸ਼ੰਦ ਸਿੰਘ ਮੈਮੋਰੀਅਲ ਗੈਲਰੀ ਦਾ ਸਹੀ ਮਾਅਨੇ ਦੇ ਵਿੱਚ ਜਿਹੜਾ ਆਗਾਜ਼ ਹੋਇਆ ਸੀ ਉਹ ਹੋਇਆ ਸੀ 16 ਸਤੰਬਰ 2012 ਨੂੰ ਜੀ ਬਾਜੀ ਦੇ ਜਾਣ ਤੋਂ ਬਾਅਦ ਹਮਮ ਅਸਲ ਵਿੱਚ ਇਹਦੇ ਪਿੱਛੇ ਇੱਕ ਕਹਾਣੀ ਹੈ ਕਿ ਜਦੋਂ ਗੁਰਸ਼ੰਦ ਸਿੰਘ நாਟ ਉਤਸਵ ਦੀ ਸ਼ੁਰੂਆਤ ਕੀਤੀ ਸੀ 2004 ਦੇ ਵਿੱਚ ਉਦੋਂ ਲੱਗਦਾ ਸੀ ਸਾਨੂੰ ਕਿ ਬਾਜੀ ਨੂੰ ਕਿਸੇ ਤਰੀਕੇ ਸਨਮਾਨਿਤ ਕੀਤਾ ਜਾਵੇ ਪਰ ਉਹ ਇੱਕ ਮੋਮੈਂਟੋ ਜਾਂ ਇੱਕ ਲੋਹੀ ਦੇ ਰੂਪ ਵਿੱਚ ਨਾ ਹੋਵੇ ਕੁਝ ਅਲੱਗ ਹੋਵੇ ਉਸ ਅਲੱਗ ਕੁਝ ਕਰਨ ਦੇ ਵਿੱਚੋਂ ਹੀ ਆਗਾਜ਼ ਹੋਇਆ ਸੀ ਗੁਰਸ਼ੰਦ ਸਿੰਘ ਨਾਟ ਉਤਸਵ ਦਾ ਗੁਰシャン ਸਿੰਘ ਨਾਟਕ ਉਤਸਵ ਦੇ ਦੌਰਾਨ ਅਸੀਂ ਕੁਝ ਨਾ ਕੁਝ ਹਮੇਸ਼ਾ ਹਰ ਸਾਲ ਕੁਝ ਅਲੱਗ ਡਿਜ਼ਾਈਨ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਸੀ ਇਹ ਨਾਟਕ ਉਤਸਵ ਕਿੰਨਾ ਵੱਲੋਂ ਕੀਤਾ ਜਾਂਦਾ ਸੀ ਸੁਚੇਤਕ ਰੰਗ ਮੰਚ ਵੱਲੋਂ ਸਾਡੇ ਗਰੁੱਪ ਵੱਲੋਂ theater group ਐ ਤੁਹਾਡਾ ਆਪਣਾ ਗਰੁੱਪ ਹੈ ਤੁਹਾਡਾ ਜੀ ਬਿਲਕੁਲ ਜੀ ਜੀ ਸੁਚੇਤਕ ਰੰਗ ਮੰਚ ਵੱਲੋਂ ਉਸ ਦਾ ਆਗਾਜ਼ ਕੀਤਾ ਗਿਆ ਸੀ 2004 ਦੇ ਵਿੱਚ ਤੇ ਉਦੋਂ ਇਹ ਵੀ ਕੋਸ਼ਿਸ਼ ਕੀਤੀ ਗਈ ਸੀ ਕਿ ਕੱਲਾ ਸੁਚੇਤਕ ਰੰਗ ਮੰਚ ਨਹੀਂ ਜਾਂ ਕੱਲੇ ਅਨੀਤਾ ਸ਼ਬਦੀਸ਼ ਨਹੀਂ ਪੂਰੇ ਕਲਾਕਾਰ ਜਿਨੇ ਵੀ ਜਿਨ੍ਹਾਂ ਨੇ ਉਹਨਾਂ ਨਾਲ ਕੰਮ ਕੀਤਾ ਉਹ ਸਾਰੇ ਇਕੱਠੇ ਹੋ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਉਹਨਾਂ ਨੂੰ ਸਨਮਾਨਿਤ ਕਰਨ ਤੇ ਉਹਦੇ ਵਿੱਚੋਂ ਇਹ ਇਹਦਾ ਆਗਾਜ਼ ਹੋਇਆ ਸੀ ਅਸੀਂ ਗੁਰਸ਼ੰਦ ਸਿੰਘ ਨਾਟ ਉਤਸਵ ਦੇ ਦੌਰਾਨ ਹਰ ਸਾਲ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਸੀ ਵੀ ਇਸ ਵਾਰੀ ਕੁਝ ਅਲੱਗ ਹੋਵੇ ਥੋੜਾ ਜਿਹਾ ਅਲੱਗ ਹੋਵੇ ਤਾਂ ਉਸ ਅਲੱਗ ਕਰਨ ਦੀ ਕੋਸ਼ਿਸ਼ ਦੇ ਵਿੱਚੋਂ ਮੈਂ ਬਾਜੀ ਦੇ ਘਰੇ ਇੱਕ ਵਾਰੀ ਆਈ 2010 ਦੇ ਵਿੱਚ ਤੇ ਬਾਜੀ ਦੀ ਸਾਰੀਆਂ ਫੋਟੋਜ਼ ਨੂੰ ਮੈਂ ਲੱਭਿਆ ਦੇਖਿਆ ਉਹਨਾਂ ਦੇ ਵਿੱਚੋਂ ਕੁਝ ਫੋਟੋਸ ਸਲੈਕਟ ਕੀਤੀਆਂ ਤੇ ਅਸੀਂ ਇੱਕ ਐਗਜ਼ਿਬਿਸ਼ਨ ਲਗਾਈ ਸੀ ਬਾਜੀ ਦੀ ਫੈਸਟੀਵਲ ਤੋਂ ਪਹਿਲਾਂ ਸਾਰੇ ਆਡੀਅנס ਦੇ ਲਈ ਸੀ ਉਹ ਬਾਜੀ ਵੀ ਦੇਖ ਕੇ ਬੜੇ ਹੈਰਾਨ ਹੋਏ ਸੀਗੇ ਕਿ ਆਹ ਫੋਟੋ ਤੋਂ ਕਿੱਥੋਂ ਕੱਢ ਲਈ ਕਿਉਂਕਿ ਬਾਜੀ ਦੇ ਬਚਪਨ ਦੀ ਫੋਟੋ ਵੀ ਇੱਥੇ ਲੱਗੀ ਹੋਈ ਹੈ ਗੈਲਰੀ ਦੇ ਵਿੱਚ ਸੋ ਉਹ ਉਦੋਂ ਅਸੀਂ ਇਹ ਫੋਟੋਸ ਨੂੰ ਲੈ ਕੇ ਇੱਕ ਐਗਜ਼ਿਬਿਸ਼ਨ ਲਗਾਈ ਸੀ ਉਸ ਤੋਂ ਬਾਅਦ ਜਦੋਂ 2011 ਦੇ ਵਿੱਚ 27 ਸਤੰਬਰ 2011 ਦੇ ਵਿੱਚ ਜਦੋਂ ਬਾਜੀ ਸਾਨੂੰ ਸਰੀਰਕ ਰੂਪ ਦੇ ਵਿੱਚ ਅਲਵਿਦਾ ਕਹਿ ਗਏ ਤਾਂ ਉਸ ਤੋਂ ਬਾਅਦ ਸਾਨੂੰ ਮੈਨੂੰ ਇਹ ਲੱਗਦਾ ਸੀਗਾ ਕਿ ਹੁਣ ਇਹਨਾਂ ਫੋਟੋਜ਼ ਨੂੰ ਮੈਂ ਕਿਵੇਂ ਸੰਭਾਲਾਂ ਕਿਉਂਕਿ ਉਦੋਂ ਅਸੀਂ ਲਗਾਈ ਸੀ ਐਗਜ਼ੀਬਿਸ਼ਨ ਫੋਟੋਜ਼ ਅਸੀਂ ਬਣਾ ਲਈਆਂ ਸੀ ਆਪਣੇ ਕਲ ਲਲਿਤ ਕਲਾ ਅਕੈਡਮੀ ਦਾ ਸਹਿਯੋਗ ਸੀ ਕਿਉਂਕਿ ਉਹਨਾਂ ਦੇ ਫਰੇਮ ਸੀਗੇ ਇਹਨਾਂ ਫੋਟੋਆਂ ਦੇ ਉਹਨਾਂ ਨੇ ਤੁਹਾਨੂੰ ਫਰੇਮ ਹੋਈਆਂ ਕਰਾਏ ਸੀ ਹਾਂਜੀ ਬਿਲਕੁਲ ਉਹਨਾਂ ਨੇ ਸਾਨੂੰ ਫਰੇਮ ਦਿੱਤੇ ਸੀਗੇ ਕਿ ਤੁਸੀਂ ਇੱਥੇ ਐਗਜ਼ੀਬਿਸ਼ਨ ਲਗਾਉਣਾ ਚਾਹੁੰਦੇ ਹੋ ਭਾਜੀ ਦੀ ਤਾਂ ਤੁਸੀਂ ਸਾਡੇ ਤੋਂ ਫਰੇਮ ਲੈ ਲਵੋ ਫੋਟੋਜ਼ ਅਸੀਂ ਬਣਵਾ ਲਈਆਂ ਸੀ ਪਰ ਹੁਣ ਉਸ ਤੋਂ ਬਾਅਦ ਉਹ ਇੱਕ ਐਗਜ਼ੀਬਿਸ਼ਨ 5 ਦਿਨ ਦੀ ਸੀਗੀ ਫੈਸਟੀਵਲ ਚੱਲਿਆ 5 ਦਿਨ ਉਸ ਤੋਂ ਬਾਅਦ ਫਿਰ ਇਹ ਫੋਟੋਜ਼ ਨੂੰ ਅਸੀਂ ਬਹੁਤ ਪਿਆਰ ਨਾਲ ਸੰਭਾਲ ਕੇ ਰੱਖ ਲਿਆ ਫਰੇਮ ਤੁਸੀਂ ਵਾਪਸ ਕਰ ਦਿਤੇ ਫਰੇਮ ਨੇਚਰਲੀ ਵਾਪਸ ਕਰਨੇ ਹੀ ਪੈਣੇ ਸੀ ਕਿਉਂਕਿ ਲਲਿਤ ਕਲਾ ਅਕੈਡਮੀ ਦੇ ਸਹਿਯੋਗ ਨਾਲ ਸੀ ਆਰਣ ਸਿੰਘ ਜੀ ਦੇ ਸਹਿਯੋਗ ਨਾਲ ਸੀ ਅਸੀਂ ਉਹ ਫਰੇਮ ਲਏ ਸੀਗੇ ਉਸ ਤੋਂ ਬਾਅਦ ਜਦੋਂ ਭਾਜੀ ਚਲੇ ਗਏ ਤਾਂ ਫਿਰ ਤਕਲੀਫ ਹੁੰਦੀ ਸੀਗੀ ਕਿ ਇਹ ਨਾ ਫੋਟੋਜ਼ ਨੂੰ ਮੈਂ ਇਦਾਂ ਪੈਕ ਕਰਕੇ ਰੱਖਿਆ ਹੋਇਆ ਹੈ ਕਿਤੇ ਨਾ ਕਿਤੇ ਪੇਪਰ ਆ ਕਿਤੇ ਨਾ ਕਿਤੇ ਕੋਈ ਗੜਬੜ ਹੋ ਸਕਦੀ ਹੈ ਹੌਲੀ ਹੌਲੀ ਤੇ ਮੈਂ ਚਾਹੁੰਦੀ ਸੀ ਕਿਤੇ ਨੂੰ ਮੈਂ ਡਿਸਪਲੇ ਕਰਾਂ ਕਿ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਨਹੀਂ ਲੱਗੇਗਾ ਕਿ ਕੌਣ ਸੀਗੇ ਗੁਰਸ਼ੰਦ ਸਿੰਘ ਇਸ ਕਰਕੇ ਮੇਰਾ ਦਿਲ ਕੀਤਾ ਮੈਂ ਕਈ ਜਗ੍ਹਾ ਦੇ ਉੱਤੇ ਕੋਸ਼ਿਸ਼ ਕੀਤੀ ਕਿ ਇਹਨੂੰ ਮੈਂ ਕਿੱਦਾਂ ਡਿਜ਼ਾਈਨ ਕਰ ਸਕਦੀ ਆ ਕਿਸ ਤਰ੍ਹਾਂ ਕਿੱਥੇ ਡਿਸਪਲੇ ਕਰ ਸਕਦੇ ਆ ਪਰ ਸਰਕਾਰੀ ਤੌਰ ਤੇ ਕਿਤੇ ਪੋਸੀਬਲ ਨਹੀਂ ਹੋ ਸਕਿਆ ਸੀਗਾ ਕਿਉਂਕਿ ਉਹਨਾਂ ਦੇ ਆਪਣੇ ਬਹੁਤ ਅਲੱਗ ਤਰ੍ਹਾਂ ਦੇ ਮਸਲੇ ਹੁੰਦੇ ਨੇ ਤੇ ਆਪਣੇ ਲੈਵਲ ਦੇ ਉੱਤੇ ਅਸੀਂ ਸਾਰੰਗ ਲੋਕ ਦੇ ਵਿੱਚ ਸਾਹਿਤ ਰੰਗ ਗਠਨ ਫੇਜ਼ 11 ਦੇ ਵਿੱਚ ਜੋ ਰਮਾ ਰਤਨ ਜੀ ਦਾ ਆਧਾਰ ਹੈ ਉੱਥੇ ਉਹਨਾਂ ਨੇ ਸਾਨੂੰ ਇੱਕ ਕਮਰਾ ਦੇ ਦਿੱਤਾ ਸੀ ਫਿਰ ਅਸੀਂ ਉਸ ਕਮਰੇ ਨੂੰ ਡਿਜ਼ਾਈਨ ਕੀਤਾ ਉਸ ਹਿਸਾਬ ਨਾਲ ਫੋਟੋਜ਼ ਦੇ ਹਿਸਾਬ ਨਾਲ ਤੇ ਉੱਥੇ ਗੈਲਰੀ ਕਾਫੀ ਲੰਬਾ ਸਮਾਂ ਰਹੀ ਹੈ ਪਰ ਹੁਣ ਪਿਛਲੇ ਆਪਣੇ 4 ਜੁਲਾਈ 2019 ਨੂੰ ਇਹ ਗੈਲਰੀ ਇੱਥੇ ਸ਼ਿਫਟ ਕਰ ਦਿੱਤੀ ਗਈ ਅੱਛਾ ਇਹ ਜਦੋਂ ਤੁਸੀਂ ਸਾਰੰਗ ਲੋਕ ਮੋਹਾਲੀ ਦੇ 11 ਫੇਜ਼ ਵਿੱਚ ਜੋ ਸਥਿਤ ਹੈ 10 11 ਫੇਜ਼ ਚ 11 ਫੇਜ਼ ਵਿੱਚ ਸਥਿਤ ਹੈ ਤੇ ਉੱਥੇ ਫਿਰ ਤੁਸੀਂ ਇਕੱਠੇ ਉੱਥੇ ਹੁੰਦੇ ਸੀ ਜਦੋਂ ਸਾਰੇ ਕਲਾਕਾਰ ਉਹਨਾਂ ਨੂੰ ਜੋ ਭਾਜੀ ਨੂੰ ਪ੍ਰੇਮ ਕਰਨ ਵਾਲੇ ਮੋਹ ਕਰਨ ਵਾਲੇ ਆਰਟਿਸਟ ਜੀ ਬਿਲਕੁਲ ਅਸੀਂ ਇਹ ਫਿਕਸ ਕੀਤਾ ਹੋਇਆ ਸੀਗਾ ਕਿ 11 ਜਿਹੜਾ ਉਹਨਾਂ ਦਾ 16 ਸਤੰਬਰ ਨੂੰ ਬਰਥਡੇ ਹੁੰਦਾ ਉਹ ਅਸੀਂ ਉੱਥੇ ਹੀ ਮਨਾਉਂਦੇ ਸੀਗੇ ਭਾਜੀ ਦੇ ਜਾਣ ਤੋਂ ਬਾਅਦ ਵੀ ਉੱਥੇ ਸੈਲੀਬ੍ਰੇਟ ਕੀਤਾ ਕਿਉਂਕਿ 16 ਸਤੰਬਰ ਨੂੰ ਭਾਜੀ ਦਾ ਬਰਥਡੇ ਹੀ ਸੀ ਜਿਸ ਦਿਨ ਇਸ ਗੈਲਰੀ ਦਾ ਆਗਾਜ਼ ਹੋਇਆ ਸੀ ਤੇ ਉਦਘਾਟਨ ਵੀ ਭਾਬੀ ਜੀ ਨੇ ਕੀਤਾ ਸੀ ਭਾਜੀ ਦੀ ਵਾਈਫ ਨੇ ਜੀ ਜੀ ਔਰ ਉਸ ਤੋਂ ਬਾਅਦ ਜਦੋਂ ਵੀ ਅਸੀਂ ਥੀਏਟਰ ਡੇ ਸੈਲੀਬ੍ਰੇਟ ਕਰਦੇ ਸੀ ਤਾਂ ਥੀਟਰ ਡੇ ਨੂੰ ਵੀ ਅਸੀਂ ਉੱਥੇ ਹੀ ਬਾਜੀ ਦੇ ਗੈਲਰੀ ਦੇ ਵਿੱਚ ਹੀ ਸਾਰੇ ਕਲਾਕਾਰ ਇਕੱਠੇ ਹੋ ਕੇ ਅਸੀਂ ਕੇਕ ਕੱਟਦੇ ਸੀ ਅਸੀਂ ਉਹਨਾਂ ਨੂੰ ਸੈਲੂਟ ਕਰਦੇ ਸੀ ਯਾਦ ਕਰਦੇ ਸੀ ਤੇ ਰੰਗਮঞ্চ ਦੀਆਂ ਕਈ ਬਾਰੀਕੀਆਂ ਕਈ ਗੱਲਾਂ ਅਸੀਂ ਸਾਂਝੀਆਂ ਕਰਦੇ ਸੀ ਆਪਸ ਦੇ ਵਿੱਚ ਸੋ ਹਰ ਸਾਲ ਅਸੀਂ ਥੀਟਰ ਡੇ ਔਰ 16 ਸਤੰਬਰ ਫਿਕਸ ਸੀਗਾ ਕਿ ਗੈਲਰੀ ਦੇ ਵਿੱਚ ਜਾ ਕੇ ਹੀ ਸੈਲੀਬ੍ਰੇਟ ਹੋਏਗਾ ਔਰ ਉਸ ਤੋਂ ਬਾਅਦ ਉਸ ਤੋਂ ਇਲਾਵਾ ਜਿਹੜਾ ਅਸੀਂ ਕੋਈ ਰੀਡਿੰਗ ਕਰਨੀ ਹੁੰਦੀ ਸੀ ਜਿੱਦਾਂ ਨਾਟਕਾਂ ਦੀਆਂ ਰਿਹਰਸਲਾਂ ਅਸੀਂ ਸਾਰੰਗ ਲੋਕ ਦੇ ਵਿੱਚ ਕਰਦੇ ਸੀ ਤੇ ਜੇ ਅਸੀਂ ਕੋਈ ਰੀਡਿੰਗ ਕਰਨੀ ਸੀ ਕੋਈ ਮੀਟਿੰਗ ਕਰਨੀ ਸੀ ਤਾਂ ਵੀ ਅਸੀਂ ਗੈਲਰੀ ਦੇ ਵਿੱਚ ਬੈਠ ਕੇ ਹੀ ਡਿਸਕਸ ਕਰਦੇ ਸੀ ਜੇ ਮੈਂ ਭੁੱਲ ਨਾ ਰਹੀ ਹੋਵਾਂ ਤਾਂ ਮੇਰਾ ਖਿਆਲ ਹੈ ਇਸ ਘਰ ਵਿੱਚ ਭਾਜੀ ਜੋ ਨਾਟਕਾਂ ਦੀਆਂ ਰੀਡਿੰਗਾਂ ਕਰਦੇ ਸੀ ਰਿਹਰਸਲ ਜੋ ਛੋਟੀ ਸ਼ੁਰੂਆਤੀ ਰਿਹਰਸਲ ਉਹ ਸ਼ਾਇਦ ਐਸੇ ਕਮਰੇ ਚ ਹੋਇਆ ਕਰਦੀਆਂ ਸਨ ਐਸੇ ਕਮਰੇ ਛੋਲੇ ਸੀ ਇੱਥੇ ਸੋਫਾ ਹੁੰਦਾ ਸੀ ਅਸੀਂ ਇੱਥੇ ਬੈਠਦੇ ਸੀ ਭਾਜੀ ਅੰਦਰ ਬੈਠੇ ਹੁੰਦੇ ਸੀ ਪਰ ਰੀਡਿੰਗਸ ਅਸੀਂ ਇੱਥੇ ਆ ਕੇ ਕਰਦੇ ਸੀ ਬੜੀ ਪੰਕਚੁਐਲਿਟੀ ਨਾਲ ਅਸੀਂ ਇੱਥੇ ਪਹੁੰਚਦੇ ਹੁੰਦੇ ਸੀਗੇ ਤੇ ਇੱਥੇ ਬੈਠ ਕੇ ਭਾਜੀ ਦੇ ਨਾਲ ਬਹੁਤ ਕੰਮ ਕੀਤਾ ਹੈ ਬੜੀਆਂ ਰੀਡਿੰਗਸ ਕੀਤੀਆਂ ਬੜੇ ਕਲਾਕਾਰਾਂ ਦੀਆਂ ਇਸ ਕਮਰੇ ਦੇ ਨਾਲ ਯਾਦਾਂ ਜੁੜੀਆਂ ਹੋਈਆਂ ਨੇ ਪਰ ਇੱਥੇ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹੁੰਦੀ ਆ ਕਿ ਜਦੋਂ ਗੈਲਰੀ ਇੱਥੇ ਸ਼ਿਫਟ ਕੀਤੀ ਹੈ ਤਾਂ ਉਹਦਾ ਜਿਹੜਾ ਸਹਿਯੋਗ ਹੈ ਉਹ ਪਰਿਵਾਰ ਦਾ ਸਹਿਯੋਗ ਹੈ ਹਾਂ ਮੈਂ ਇਹ ਹੀ ਜਾਣਨਾ ਚਾਹੁੰਦੀ ਸੀ ਕਿ ਗੈਲਰੀ ਦਾ ਇੱਥੇ ਤਬਦੀਲ ਹੋਣਾ ਸਾਰੰਗ ਲੋਕ ਤੋਂ ਕਿਉਂਕਿ ਸਾਰੰਗ ਲੋਕ ਵੀ ਆਪਣੇ ਆਪ 'ਚ ਇੱਕ ਸਥਾਨ ਹੈ ਜਿੱਥੇ ਲੋਕ ਜਾਂਦੇ ਨੇ ਜਿੱਥੇ ਕਲਾਕਾਰ ਲੇਖਕ ਇਕੱਠੇ ਹੁੰਦੇ ਨੇ ਤੇ ਇੱਥੇ ਗੈਲਰੀ ਦੇ ਤਬਦੀਲ ਹੋਣ ਦਾ ਸਬੱਬ ਕਿਵੇਂ ਬਣਿਆ ਸਬੱਬ ਇਸੇ ਤਰ੍ਹਾਂ ਬਣਿਆ ਕਿ ਕਈ ਵਾਰੀ ਕਿਉਂਕਿ ਜਦੋਂ ਅਸੀਂ ਥੀਟਰ ਡੇ ਮਨਾਉਂਦੇ ਸੀ ਜਾਂ ਉੱਥੇ ਭਾਜੀ ਦਾ ਬਰਥਡੇ ਮਨਾਉਂਦੇ ਸੀ ਤਾਂ ਅਰੀਦੀ ਦੀ ਵੀ ਉੱਥੇ ਆਉਂਦੇ ਹੁੰਦੇ ਸੀਗੇ ਅਸੀਂ ਉਹਨਾਂ ਨੂੰ ਵੀ ਬੁਲਾਉਂਦੇ ਸੀ ਤਾਂ ਉਹ ਕਾਫੀ ਲੰਬੇ ਸਮੇਂ ਤੋਂ ਇੱਕ ਘਰ ਬੰਦ ਪਿਆ ਸੀ ਕਿਉਂਕਿ ਭਾਬੀ ਜੀ ਬੇਟੀ ਕੋਲ ਚਲੇ ਗਏ ਨੇ ਕਦੀ ਉਹ ਵੱਡੇ ਦੀਦੀ ਕੋਲ ਹੁੰਦੇ ਆ ਕਈ ਵਾਰੀ ਉਹ ਛੋਟੇ ਦੀਦੀ ਕੋਲ ਹੁੰਦੇ ਆ ਤੇ ਫਿਰ ਉਹਨਾਂ ਨੇ ਕਿਹਾ ਕਿ ਘਰ ਬੰਦ ਪਿਆ ਹੋਇਆ ਤੇ ਕਿਉਂ ਨਾ ਆਪਾਂ ਗੈਲਰੀ ਨੂੰ ਉੱਥੇ ਸ਼ਿਫਟ ਕਰ ਦਈਏ ਮੈਂ ਵਿੱਚੋਂ ਦੀ ਮੈਂ ਵਿੱਚੋਂ ਦੀ ਇੱਕ ਟੋਕਣਾ ਚਾਹੁੰਦੀ ਆ ਕਿ ਅਨੀਤਾ ਜੀ ਭਾਬੀ ਜੀ ਕਹਿ ਰਹੇ ਨੇ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਦੀ ਪਤਨੀ ਨੂੰ ਅਤੇ ਉਹਨਾਂ ਦੀਆਂ ਦੋ ਧੀਆ ਹਨ ਨਵਸ਼ਰਨ ਇਕਨੋਮਿਸਟ ਹਨ ਆਰਥਿਕਤਾ ਦੇ ਮਾਹਰ ਹਨ ਅਤੇ ਡਾਕਟਰ ਅਰੀਤ ਜੋ ਅੱਖਾਂ ਦੇ ਡਾਕਟਰ ਹਨ ਪੰਜਾਬ ਵਿੱਚ ਤਾਇਨਾਤ ਹਨ ਇਸ ਵੇਲੇ ਮਹਾਲੀ ਵਿੱਚ ਤਾਇਨਾਤ ਹਨ ਸਿਵਲ ਹਸਪਤਾਲ ਵਿੱਚ ਮਹਾਲੀ ਵਿੱਚ ਹਾਂਜੀ ਅਨੀਤਾ ਜੀ ਸੋ ਉਹਨਾਂ ਦੇ ਉਹਨਾਂ ਦੇ ਸਹਿਯੋਗ ਤੋਂ ਬਿਨਾ ਇਹ ਸੰਭਵ ਨਹੀਂ ਸੀਗਾ ਫਿਰ ਪਰਿਵਾਰ ਨੇ ਫੈਸਲਾ ਕੀਤਾ ਕਿ ਠੀਕ ਹੈ ਗੈਲਰੀ ਨੂੰ ਉੱਥੇ ਸ਼ਿਫਟ ਕਰ ਦਿਓ ਤੇ ਅਸੀਂ ਇਹਨੂੰ ਡਿਜ਼ਾਈਨ ਕਰ ਰਹੇ ਸੀ ਥੋੜਾ ਹੋਰ ਤਰੀਕੇ ਨਾਲ ਤੇ ਫਿਰ ਉਹਨਾਂ ਦਾ ਇਹ ਕਹਿਣਾ ਸੀਗਾ ਅਰੀ ਦੀਦੀ ਦਾ ਕਿ ਨਹੀਂ ਤੁਸੀਂ ਵੀ ਉੱਥੇ ਸ਼ਿਫਟ ਕਰੋ ਕਿਉਂਕਿ ਗੈਲਰੀ ਦੇ ਵਿੱਚ ਤੁਸੀਂ ਬੈਠੇ ਹੋਵੋਗੇ ਤੁਹਾਡੇ ਕੋਲ ਕੋਈ ਆ ਸਕੇਗਾ ਜੇ ਗੈਲਰੀ ਇੱਥੇ ਸ਼ਿਫਟ ਕਰ ਦਿੱਤੀ ਤੇ ਇੱਥੇ ਦੇਖੋ ਅਸੀਂ ਕੋਈ ਸਰਕਾਰੀ ਅਦਾਰਾ ਨਹੀਂ ਆ ਕਿ ਅਸੀਂ ਕੋਈ ਬੰਦਾ ਹਾਇਰ ਕਰ ਸਕੀਏ ਤੇ ਇੱਥੇ ਬਿਠਾ ਸਕੀ ਹੈ ਤੇ ਦੂਸਰਾ ਤੁਸੀਂ ਰੋਟੀ ਰੋਜ਼ੀ ਕਮਾਉਣ ਲਈ ਤੁਸੀਂ ਵੀ ਬਾਹਰ ਜਾਣਾ ਹੁੰਦਾ ਆਪਣੇ ਕੰਮ ਕਰਨ ਲਈ ਬਿਲਕੁਲ ਬਿਲਕੁਲ ਅਸੀਂ ਵੀ ਕਿਉਂਕਿ ਅਸੀਂ ਬਾਅਦ ਚੋ ਇਹ ਫੈਸਲਾ ਲਿਆ ਸੀਗਾ ਕਿ ਅਸੀਂ ਵੀ ਸ਼ਿਫਟ ਹੋਵਾਂਗੇ ਕਿਉਂਕਿ ਦੀਦੀ ਨੇ ਇਹੀ ਕਿਹਾ ਸੀਗਾ ਕਿ ਜੇ ਤੂੰ ਉੱਥੇ ਬੈਠੀ ਹੋਵੇਂਗੀ ਤਾਂ ਤੂੰ ਸੰਭਾਲ ਸਕਵੇਂਗੀ ਇਸ ਗੈਲਰੀ ਨੂੰ ਤੇ ਕੋਈ ਆ ਜਾ ਵੀ ਸਕੇਗਾ ਔਰ ਜਦੋਂ ਅਸੀਂ ਇੱਥੇ ਸ਼ਿਫਟ ਕੀਤਾ ਜਦੋਂ ਕਾਰ ਹੀ ਰਹੇ ਸੀਗੇ ਤੇ ਉਦੋਂ ਵੀ ਲੋਕੀ ਲੰਗਦੇ ਟੱਪ ਦੇ ਦੇਖਦੇ ਸੀ ਕਿਉਂਕਿ ਅਸੀਂ ਬਾਹਰ ਬੋਰਡ ਲਗਾ ਦਿੱਤਾ ਸੀਗਾ ਗੁਰシャン ਸਿੰਘ ਮੈਮੋਰੀਅਲ ਗੈਲਰੀ ਤੇ ਕੋਈ ਵੀ ਦੇਖ ਕੇ ਇੱਥੇ ਆਉਂਦਾ ਤੇ ਬਹੁਤ ਸਾਰੇ ਲੋਕ ਆਏ ਨੇ ਇੱਥੇ ਦੇਖਣ ਵਾਸਤੇ ਇਵਨ ਕਿ ਵਿਦੇਸ਼ ਤੋਂ ਵੀ ਕਈ ਲੋਕ ਆਏ ਨੇ ਕਈ ਰਾਈਟਰਸ ਵੀ ਇੱਥੇ ਆ ਚੁੱਕੇ ਨੇ ਔਰ ਬਹੁਤ ਸਾਰੇ ਜਿੰਨੇ ਵੀ ਆਏ ਨੇ ਸਭ ਨੇ ਐਪਰੀਸ਼ੀਏਟ ਕੀਤਾ ਹੈ ਇਸ ਚੀਜ਼ ਨੂੰ ਔਰ ਪਸੰਦ ਕੀਤਾ ਅਸੀਂ ਦੋ ਕਮਰੇ ਸੰਭਾਲੇ ਹੋਏ ਨੇ ਜਿਸ ਤਰ੍ਹਾਂ ਇੱਕ ਰੂਮ ਹੈ ਬਾਜੀ ਦਾ ਰੀਡਿੰਗ ਰੂਮ ਸੀਗਾ ਤੇ ਇੱਕ ਬੈਡਰੂਮ ਹੈ ਆਪਾਂ دوسرا ਕਮਰਾ ਵੀ ਦੇਖ ਲਈਏ ਨਾਲ ਹੀ ਬਿਲਕੁਲ ਬਿਲਕੁਲ ਹਾਂ ਆਜੋ ਆਪਾਂ ਤੁਹਾਨੂੰ ਦੂਸਰਾ ਕਮਰਾ ਦਿਖਾਉਨੇ ਆ ਇਹ ਬਾਜੀ ਦਾ ਬੈਡਰੂਮ ਹੈ ਜੀ ਇਹ ਤੁਹਾਡੇ ਪਿੱਛੇ ਜੋ ਪੋਸ਼ਾਕ ਹੈ ਇਹ ਬਾਜੀ ਨੇ ਇਹ ਬਾਜੀ ਨੂੰ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਨਰੇਰਮ ਡਿਗਰੀ ਦਿੱਤੀ ਸੀ ਤਾਂ ਉਹ ਇਹ ਉਦੋਂ ਇਹ ਪੈਨ ਕੇ ਗਏ ਸਨ ਤੇ ਪਿੱਛੇ ਤੁਸੀਂ ਇਹ ਉਹਨਾਂ ਦੇ ਕੁਝ ਕੱਪੜੇ ਉਹਨਾਂ ਦਾ ਪਰਸਨਲ ਸਮਾਨ ਹੈ ਇਸ ਕਮਰੇ ਦੇ ਵਿੱਚ ਉਹਨਾਂ ਦਾ ਸਾਰਾ ਪਰਸਨਲ ਸਮਾਨ ਰੱਖਿਆ ਗਿਆ ਹੈ ਐਸ ਕੈਟਲ ਦੇ ਵਿੱਚ ਚਾਹ ਬੜੇ ਸ਼ੌਂਕ ਨਾਲ ਪੀਂਦੇ ਸੀ ਭਾਬੀ ਜੀ ਦੱਸਦੇ ਹੁੰਦੇ ਆ ਇਹ ਕੜੀ ਵੀ ਭਾਬੀ ਜੀ ਨੇ ਆਪਣੇ ਕੋਲ ਸੰਭਾਲੀ ਹੋਈ ਸੀ ਪਰ ਹੁਣ ਉਹਨਾਂ ਨੇ ਗੈਲਰੀ ਦੇ ਵਿੱਚ ਇਹਨੂੰ ਸੰਭਾਲ ਇਹ ਜੇਬੀ ਕੜੀ ਹੈ ਬਿਲਕੁਲ ਪਾਕਟ ਕੜੀ ਹੈ ਬੜੀ ਪੁਰਾਣੀ ਹੈ ਇਹ ਤੇ ਆਹ ਕੋਟ ਹੈ ਜਿਹੜਾ ਪਾ ਕੇ ਭਾਜੀ ਨੈਸ਼ਨਲ ਅਵਾਰਡ ਲੈਣ ਗਏ ਸੀ ਇਹਦਾ ਉਹਦਾ ਬੈਜ ਵੀ ਸੰਗੀਤ ਨਾਟਕ ਅਕੈਡਮੀ ਦੇ ਉੱਥੇ ਪਿਆ ਹੋਇਆ ਹੈ ਔਰ ਮਫਰਲ ਉਹਨਾਂ ਨੂੰ ਇਹ ਬਹੁਤ ਪਸੰਦ ਸੀਗਾ ਕੁਰਤਾ ਪਜਾਮਾ ਜੈਕਟ ਔਰ ਅਸੀਂ ਇਹ ਉਹਨਾਂ ਦੇ ਹੀ ਸਮਾਨ ਨੂੰ ਇਸ ਕਮਰੇ ਦੇ ਵਿੱਚ ਰੱਖਿਆ ਆ ਸਾਰੀ ਜਿਹੜੀ ਬੁੱਕਸ ਦੀ ਕਲੈਕਸ਼ਨ ਹੈ ਹੁਣ ਸਾਰੇ ਪਏ ਹੋਏ ਨੇ ਮੈਗਜ਼ੀਨ ਬਹੁਤ ਸਾਰੀਆਂ ਕਿਤਾਬਾਂ ਉਹਨਾਂ ਦੀ ਆਪਣੀ ਕਲੈਕਸ਼ਨ ਹੈ ਐਜ਼ ਇਟ ਇਜ਼ ਹੀ ਰੱਖੀ ਹੋਈ ਹੈ ਜਿੱਦਾਂ ਸੀ ਔਰ ਪੁਰਾਣੀਆਂ ਬੁੱਕਸ ਪਈਆਂ ਹੋਈਆਂ ਨੇ ਕਾਫੀ ਸਾਰੀਆਂ ਔਰ ਇਹ ਜਿਹੜੀ ਤਸਵੀਰ ਕੁੱਸਾ ਸਮਾਰਗਮ ਦੀ ਹੈ ਜਿਹੜੀ ਭਾਜੀ ਤੇ ਭਾਬੀ ਜੀ ਦੀ ਹੈ ਇਹ ਜਦੋਂ ਗੁਰਸ਼ੰਨ ਭਾਜੀ ਤੇ ਉੱਥੇ ਕੁੱਸੇ ਦੇ ਵਿੱਚ ਬਹੁਤ ਵੱਡਾ ਸਨਮਾਨ ਕੀਤਾ ਗਿਆ ਸੀ ਔਰ ਇਹ ਬਹੁਤ ਹੀ ਉਹ ਯਾਦਗਾਰੀ ਸਨਮਾਨ ਸੀ ਕਿ ਪੰਜਾਬ ਦੇ ਲੋਕਾਂ ਵੱਲੋਂ ਮਜ਼ਦੂਰ ਜਮਾਤ ਵੱਲੋਂ ਤੇ ਸਾਰੇ ਲੇਖਕਾਂ ਵੱਲੋਂ ਸਾਰੇ ਪੰਜਾਬ ਦੀ ਬੁੱਧੀਜੀਵੀਆਂ ਵੱਲੋਂ ਬਹੁਤ ਵੱਡਾ ਸਨਮਾਨ ਦਿੱਤਾ ਗਿਆ ਸੀ ਕੁੱਸੇ ਦੇ ਵਿੱਚ ਤੇ ਇਹ ਤਸਵੀਰ ਮੈਂ ਉੱਥੇ ਕਲਿੱਕ ਕੀਤੀ ਸੀਗੀ ਤਾਂ ਬੜੀ ਖੂਬਸੂਰਤ ਔਰ ਬਹੁਤ ਪਾਵਨਾ ਮਕ ਤਸਵੀਰ ਹੈ ਇਹ ਇਸ ਇੱਕ ਤਰ੍ਹਾਂ ਦੁਰਲੱਭ ਪੁਸਤਕ ਕਹਿ ਸਕਦੇ ਹਾਂ ਕਿ ਪੰਜਾਬ ਦੇ ਕਿਰਤੀਆਂ ਨੇ ਪੰਜਾਬ ਦੇ ਤੁਸੀਂ ਜਿਵੇਂ ਦੱਸਿਆ ਕਿ ਮਜ਼ਦੂਰਾਂ ਨੇ ਸਾਰੇ ਕਿਰਤੀਆਂ ਨੇ ਇਕੱਠੇ ਹੋ ਕੇ ਪੰਜਾਬ ਦੇ ਇਸ ਸਲੱਗ ਪੁੱਤਰ ਦਾ ਸਨਮਾਨ ਕੀਤਾ ਸੀ ਹਾਂਜੀ ਤੇ ਅਨੀਤਾ ਜੀ ਇਹ ਵੀ ਸਾਰਾ ਕੁਝ ਤੁਸੀਂ ਬਹੁਤ ਵਧੀਆ ਢੰਗ ਨਾਲ ਤੇ ਬਹੁਤ ਮੋਹ ਨਾਲ ਸੰਭਾਲ ਕੇ ਰੱਖਿਆ ਹੈ ਇਹਦੇ ਬਾਰੇ ਵੀ ਜਰੂਰ ਸਾਰੀਆਂ ਗੱਲਾਂ ਸਾਡੇ ਟੀਵੀ ਪੰਜਾਬ ਦੇ ਦਰਸ਼ਕਾਂ ਨੂੰ ਦੱਸੋ ਇਹ ਐਕਚੁਅਲੀ ਭਾਜੀ ਦੇ ਆਪਣੇ ਜੁੱਤੇ ਨੇ ਜਿਹੜੇ ਸ਼ੂਜ਼ ਉਹ ਪਾਉਂਦੇ ਹੁੰਦੇ ਸੀ ਸੈਂਡਲ ਲਾਸਟ ਦਿਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਸੰਭਾਲ ਦਿੱਤਾ ਇਸ ਤਰ੍ਹਾਂ ਇਹ ਬਾਕਸ ਵਿੱਚ ਇਸ ਕਰਕੇ ਰੱਖਿਆ ਕਿਉਂਕਿ ਜਦੋਂ ਅਸੀਂ ਇਸ ਤਰ੍ਹਾਂ ਰੱਖ ਦਿੰਨੇ ਆ ਤਾਂ ਫਿਰ ਕਈ ਵਾਰੀ ਇੱਧਰ ਉੱਧਰ ਹੋ ਸਕਦੀ ਹੈ ਜੁੱਤੀ ਤਾਂ ਫਿਰ ਸਾਨੂੰ ਇਹ ਹੈ ਕਿ ਸੇਫ ਰਹੇਗੀ ਤੇ ਕੰਟੀਨਿਉਟੀ ਦੇ ਵਿੱਚ ਸੰਭਾਲੀ ਹੋਈ ਹੈ ਤਾਂ ਕਰਕੇ ਅਸੀਂ ਸ਼ੀਸ਼ੇ ਦੇ ਵਿੱਚ ਬੰਦ ਕਰਕੇ ਰੱਖੀ ਹੈ ਐਸ ਕਲਸ਼ ਦੀ ਇਹ ਹੈ ਕਿ ਭਾਜੀ ਜਦੋਂ ਆਖਰੀ ਵਾਰੀ ਜਦੋਂ ਸਾਡ ਨੂੰ ਵਿਦਾ ਹੋਏ ਨੇ ਸਾਡੇ ਤੋਂ ਅਲਵਿਦਾ ਕਹਿ ਕੇ ਗਏ ਨੇ ਤਾਂ ਆਖਰੀ ਵਾਰੀ ਅਸਥੀਆਂ ਇਹਦੇ ਵਿੱਚ ਹੁਸੈਨੀਵਾਲ ਗਈਆਂ ਸੀ ਸੋ ਉਹ ਯਾਦ ਵੀ ਇਸ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ ਇਹ ਚੇਅਰ ਉਹਨਾਂ ਦੀ ਆਪਣੀ ਹੈ ਜਿਹਦੇ ਤੇ ਉਹ ਲੰਬਾ ਸਮਾਂ ਕਾਫੀ ਇਹਦੇ ਤੇ ਉਹਨਾਂ ਨੇ ਸਫਰ ਕੀਤਾ ਹੈ ਕੰਟੀਨਿਉਟੀ ਦੇ ਵਿੱਚ ਜਦੋਂ ਬਾਹਰ ਜਾਂਦੇ ਸੀ ਤਾਂ 71 ਉਹਨਾਂ ਨੂੰ ਸੰਭਾਲਦਾ ਹੁੰਦਾ ਸੀਗਾ ਤੇ 71 ਦਾ ਇਸ ਚੇਅਰ ਦੇ ਉੱਤੇ ਉਹਨਾਂ ਨੂੰ ਲੈ ਕੇ ਜਾਣਾ ਸੋ ਬਹੁਤ ਮੋਹ ਨਾਲ ਸਾਰੇ ਕਲਾਕਾਰਾਂ ਨੇ ਬੜੇ ਮੋਹ ਨਾਲ ਉਹਨਾਂ ਨਾਲ ਕੰਮ ਕੀਤਾ ਤੇ ਬੜੇ ਮੋਹ ਨਾਲ ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ ਐਸ ਓ ਟੀ ਵੀ ਉਹਨਾਂ ਦੀ ਆਪਣੀ ਹੈ ਮੈਨੂੰ ਐ ਬੁੱਕਸ ਵੀ ਕਿਤਾਬਾਂ ਉਹਨਾਂ ਦੀ ਆਪਣੀ ਕਲੈਕਸ਼ਨ ਹੈ ਮੈਨੂੰ ਯਾਦ ਹੈ ਬਰਨਾਲੇ ਸਮਾਗਮ ਤੇ ਬਹੁਤ ਵੱਡਾ ਇਕੱਠ ਹੋਇਆ ਸੀ ਲੋਕ ਪੱਖੀ ਜਿਹੜੀਆਂ ਜਿੰਨੀਆਂ ਧਿਰਾਂ ਸੀ ਕਿਸਾਨ ਮਜ਼ਦੂਰ ਤੇ ਖੱਬੇ ਪੱਖੀ ਜਥੇਬੰਦੀਆਂ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਤਾਂ ਸੁਭਾਵਕ ਹੈ ਸਾਰਾ ਉਹ ਸਮਾਗਮ ਬਰਨਾਲੇ ਦੀ ਅਨਾਜ ਮੰਡੀ ਵਿੱਚ ਇਹਨਾਂ ਦੀ ਅਗਵਾਈ ਵਿੱਚ ਹੋਇਆ ਸੀ ਤੇ ਇਹੇ ਇਸੇ ਵੀ 휠 ਚੇਅਰ ਤੇ ਸਨ ਭਾਜੀ ਅਨੀਤਾ ਜੀ ਇਹ ਜੋ ਕਢਾਈ ਕੀਤੀ ਹੋਈ ਹੈ ਭਾਜੀ ਦੀ ਤਸਵੀਰ ਹਾਂਜੀ ਇਹ ਤਸਵੀਰ ਆ ਸ਼੍ਰੀ ਗੁਰਸ਼ਰਧਨ ਸਿੰਘ ਦੀ ਜੀਵਨ ਕਾਲਣਾ ਨੂੰ ਸਲਾਮ ਇਹ ਮਜ਼ਦੂਰ ਯੂਨੀਅਨ ਦੀ ਕਿਸੇ ਔਰਤ ਨੇ ਖੇਤ ਮਜ਼ਦੂਰ ਯੂਨੀਅਨ ਦੀ ਕਿਸੇ ਔਰਤ ਨੇ ਕਢਾਈ ਕੱਢੀ ਹੋਈ ਹੈ ਔਰ ਇਹ ਮੈਨੂੰ ਬਹੁਤ ਹੀ ਮਤਲਬ ਖਸਤਾ ਹਾਲਤ ਦੇ ਵਿੱਚ ਮਿਲਿਆ ਸੀਗਾ ਕਿਉਂਕਿ ਕਾਫੀ ਪੁਰਾਣਾ ਕੱਟ ਕੇ ਰੁਮਾਲ ਸੀਗਾ ਝੰਡਾ ਬਣਾਇਆ ਹੋਇਆ ਸੀ ਇਹ ਵੈਸੇ ਅਸਲ ਦੇ ਵਿੱਚ ਤਾਂ ਮੈਂ ਇਹਨੂੰ ਡਿਜ਼ਾਈਨ ਕੀਤਾ ਮੈਂ ਕਿ ਇਹ ਤਾਂ ਬਹੁਤ ਇੰਪੋਰਟੈਂਟ ਚੀਜ਼ ਹੈ ਕਿਉਂਕਿ ਬੜੇ ਮੋ ਨਾਲ ਬੜੇ ਮਤਲਬ ਰੋਨਲਡ ਕੜਾਈ ਕੱਢ ਕੇ ਡਿਜ਼ਾਈਨ ਕੀਤੀ ਹੋਈ ਹੈ ਕਿਉਂਕਿ ਹੱਥ ਨਾਲ ਕੜਾਈ ਕੱਢਣੀ ਬਹੁਤ ਔਖੀ ਹੁੰਦੀ ਹੈ ਨਾ ਤਾਂ ਬੜੇ ਪਿਆਰ ਨਾਲ ਉਹਨਾਂ ਨੇ ਕੜਾਈ ਕੱਢ ਕੇ ਦਿੱਤੀ ਹੈ ਮੈਂ ਇਹਨੂੰ ਲਾਮਿਨੇਟ ਕਰਵਾਉਣਾ ਚਾਹੁੰਦੀ ਸੀ ਪਰ ਉਹ ਕੜਾਈ ਹੈ ਇਸ ਕਰਕੇ ਹੋਈ ਨਹੀਂ ਤਾਂ ਮੈਂ ਇਹਨੂੰ ਇਸ ਤਰ੍ਹਾਂ ਡਿਜ਼ਾਈਨ ਕਰਕੇ ਇਹਨੂੰ ਸੰਭਾਲ ਕੇ ਰੱਖਿਆ ਕਿਉਂਕਿ ਇਹ ਖੇਤ ਮਜ਼ਦੂਰ ਯੂਨੀਅਨ ਦਾ ਇਹ ਹਿੱਸਾ ਹੈ ਇਸ ਗੈਲਰੀ ਦੇ ਵਿੱਚ ਸੋ ਅਸੀਂ ਦੇਖ ਸਕਦੇ ਹਾਂ ਕਿ ਗੁਰਸ਼ਰਨ ਗੁਰਸ਼ਰਨ ਸਿੰਘ ਭਾਜੀ ਲੋਕਾਂ ਦੇ ਕਿੰਨਾ ਧਰਮਾਨਾਂ ਚ ਵਸੇ ਹੋਏ ਸਨ ਇੱਕ ਕਿਰਤੀ ਔਰਤ ਇੱਕ ਮਜ਼ਦੂਰ ਔਰਤ ਕਿੰਜ ਉਹਨਾਂ ਨੂੰ ਸਲਾਮ ਭੇਜਦੀ ਹੈ ਇੱਕ ਰਮਾਲ ਤੇ ਉਹਨਾਂ ਦੀ ਤਸਵੀਰ ਹੱਥੀਂ ਕਢਾਈ ਕਰਕੇ ਤੇ ਮੈਂ ਇੱਥੇ ਇੱਕਦਰੇ ਐਲਪੀ ਰਿਕਾਰਡ ਵੀ ਦੇਖਿਆ ਸੀ ਜੋ ਗੀਤ ਹਾਂਜੀ ਇਹ ਇਹ ਰਿਕਾਰਡ ਇਹ ਛੱਟਾ ਚਾਂਦਨਾ ਦਾ ਜੀ ਬਾਜੀ ਨੇ ਜਦੋਂ ਬਾਜੀ ਦੇ ਬਹੁਤ ਸਾਰੇ ਗੀਤ ਨੇ ਜਿਹੜੇ ਰੈਵਲੂਸ਼ਨਰੀ ਸੌਂਗਸ ਨੇ ਜਿਨ੍ਹਾਂ ਦੀ ਉਹ ਕੋਰੀਓਗ੍ਰਾਫੀ ਕਰਦੇ ਹੁੰਦੇ ਸੀ ਤੇ ਮੰਚ ਦੇ ਉੱਤੇ ਉਹ ਪਰਫਾਰਮ ਕਰਦੇ ਹੁੰਦੇ ਸੀ ਜਿਹਦੇ ਵਿੱਚ ਮੇਨਲੀ ਪਰਮਜੀਤ ਸਿੰਘ ਭਾਜੀ ਦਾ ਕਲਾਕਾਰ ਜੋ ਅੰਮ੍ਰਿਤਸਰ ਤੋਂ ਨੇ ਉਹ ਗਾਉਂਦੇ ਹੁੰਦੇ ਸੀਗੇ ਕੇਵਲ ਭਾਜੀ ਹੁਣੀ ਵੀ ਸਾਰੇ ਇਕੱਠੇ ਪਰਫਾਰਮ ਕਰਦੇ ਹੁੰਦੇ ਸੀ ਸਾਡੇ ਤੋਂ ਬਹੁਤ ਪਹਿਲਾਂ ਦੀ ਗੱਲ ਹੈ ਕਿਉਂਕਿ ਅਸੀਂ ਤਾਂ ਮੈਂ ਜਦੋਂ ਮੈਂ 93 ਦੇ ਵਿੱਚ ਭਾਜੀ ਨੂੰ ਜੁਆਇਨ ਕੀਤਾ ਉਸ ਤੋਂ ਪਹਿਲਾਂ ਇਹ ਸਾਰੇ ਟੀਮ ਹੁੰਦੀ ਸੀ ਉਹਨਾਂ ਦੀ ਸੁਖਦੇਵ ਪ੍ਰੀਤ ਹੁੰਦਾ ਸੀ ਪਰਮਜੀਤ ਭਾਜੀ ਹੁੰਦੇ ਸੀ ਕੇਵਲ ਭਾਜੀ ਹੁੰਦੇ ਸੀ ਤੋਂ ਇਹ ਬੜੇ ਰੈਵਲੂਸ਼ਨਰੀ Song ਕਰਦੇ ਹੁੰਦੇ ਸੀ ਤੋਂ ਇਹ ਛੱਟਾ ਚਾਨਣਾ ਦਾ ਦੇਈ ਜਾਣਾ ਇੱਕ ਗੀਤ ਸੀਗਾ ਜਿਹਦਾ ਇਹਨਾਂ ਨੇ ਪੁਰਾਣਾ ਜਿਹੜਾ ਐਲਪੀ ਰਿਕਾਰਡ ਕਹਿੰਦੇ ਹੁੰਦੇ ਨੇ ਜਿਹੜਾ ਉਹ ਕੱਢਿਆ ਸੀਗਾ ਸੋ ਉਹ ਵੀ ਕਾਫੀ ਸਾਰੇ ਸੰਭਾਲੇ ਹੋਏ ਨੇ ਆ ਸੁਚੇਤਕ ਮੈਗਜ਼ੀਨ ਜਿਹੜੇ ਅਸੀਂ ਸੁਚੇਤਕ ਸਕੂਲ ਸੁਚੇਤਕ ਰੰਗਮੰਚ ਵੱਲੋਂ ਜਿਹੜੀ ਫੈਸਟੀਵਲ ਕਰਦੇ ਹੁੰਦੇ ਆ ਉਹਦੇ ਦੌਰਾਨ ਅਸੀਂ ਇਹ ਸੁਚੇਤਕ ਮੈਗਜ਼ੀਨ ਬਾਜੀ ਦੇ ਨਾਮ ਦੇ ਉੱਤੇ ਕੱਢੇ ਸੀਗੇ ਬਾਜੀ ਨੂੰ ਡੈਡੀਕੇਟ ਕੀਤੇ ਸੀਗੇ ਹਾਂਜੀ ਅਨੀਤਾ ਜੀ ਉਹਨਾਂ ਦੇ ਪਰਿਵਾਰ ਵਾਲੇ ਜਿਸ ਤਰ੍ਹਾਂ ਡਾਕਟਰ ਅਰੀਤ ਤੇ ਡਾਕਟਰ ਨਵਸ਼ਰਨ ਉਹ ਕਿੰਨੀ ਕਵਾਰੀ ਇੱਥੇ ਆ ਜਾਂਦੇ ਨੇ ਕਈ ਵਾਰੀ ਆਏ ਨੇ ਕਿਉਂਕਿ ਉਹਨਾਂ ਦਾ ਆਪਣਾ ਘਰ ਹੈ ਤੇ ਇਹ ਜ਼ਿੰਮੇਵਾਰੀ ਹੈ ਮੇਰੀ ਤਾਂ ਮੈਂ ਹਮੇਸ਼ਾ ਇਹ ਕਹਿੰਦੀ ਹਾਂ ਕਿ ਮੈਂ ਬਾਜੀ ਲਈ ਜੋ ਵੀ ਬੰਦਾ ਹੈ ਜਿੰਨਾ ਵੀ ਕੰਮ ਕਰੇ ਉਹਨਾਂ ਹੀ ਥੋੜਾ ਤੇ ਇਹ ਇੱਕ ਛੋਟਾ ਜਿਹਾ ਉਪਰਾਲਾ ਸਾਡਾ ਔਰ ਸਾਡੀ ਇਹ ਜ਼ਿੰਮੇਵਾਰੀ ਲੱਗੀ ਹੈ ਕਿ ਅਸੀਂ ਇਸ ਗੈਲਰੀ ਨੂੰ ਸੰਭਾਲਣਾ ਬੇਸ਼ੱਕ ਇਸ ਗੈਲਰੀ ਨੂੰ ਅਸੀਂ ਪਹਿਲਾਂ ਵੀ ਸੰਭਾਲਦੇ ਆ ਰਹੇ ਸੀ ਪਰ ਹੁਣ ਥੋੜਾ ਜਿਹਾ ਵੱਖਰਾ ਰੂਪ ਹੈ ਕਿਉਂਕਿ ਉਹਨਾਂ ਦਾ ਆਪਣਾ ਘਰ ਹੈ ਤੇ ਅਸੀਂ ਸੰਭਾਲਣਾ ਸਾਡੀ ਇਹ ਜ਼ਿੰਮੇਵਾਰੀ ਹੈ ਤੇ ਅਸੀਂ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਉਹ ਭਾਬੀ ਜੀ ਵੀ ਆਏ ਨੇ ਕਈ ਵਾਰੀ ਉਹਨਾਂ ਦਾ ਦਿਲ ਕਰਦਾ ਹੈ ਕਿ ਮੈਂ ਆਪਣੇ ਘਰ ਚ ਜਾਵਾਂ ਤੇ ਉੱਥੇ ਥੋੜੀ देर ਬੈਠਾਂ ਉਹ ਵੀ ਆਏ ਨੇ ਤੇ ਦੀਦੀ ਹੁਣੇ ਵੀ ਆਉਂਦੇ ਰਹਿੰਦੇ ਨੇ ਕੋਈ ਪਰ ਮੈਨੂੰ ਨਾ ਇੱਥੇ ਸ਼ਿਫਟ ਹੋਣ ਦਾ ਗੈਲਰੀ ਦਾ ਸ਼ਿਫਟ ਹੋਣਾ ਜਿਹੜਾ ਮੈਨੂੰ ਐ ਲੱਗ ਰਿਹਾ ਕਿ ਏ ਸੱਚਮੁੱਚ ਉਹ ਆਪਣੀ ਜਗ੍ਹਾ ਤੇ ਆ ਗਏ ਸੱਚਮੁੱਚ ਇਦਾਂ ਹੀ ਲੱਗਦਾ ਜਿੱਦਾਂ ਅਸੀਂ ਇਸ ਗੈਲਰੀ ਦਾ ਉਦਘਾਟਨ ਵੀ ਭਾਬੀ ਜੀ ਤੇ ਕਰਵਾਇਆ ਸੀਗਾ ਜਦੋਂ ਇੱਥੇ ਸ਼ਿਫਟ ਕੀਤੀ ਹੈ ਤਾਂ ਉਦੋਂ ਵੀ ਭਾਬੀ ਜੀ ਨੇ ਇਹ ਕਿਹਾ ਕਿ ਭਾਜੀ ਤੁਹਾਡੇ ਇਸ ਘਰ ਦੇ ਵਿੱਚ ਵਾਪਸ ਆ ਗਏ ਤੇ ਘਰ ਜਿੰਦਾ ਹੋ ਗਿਆ ਸੋ ਉਹਨਾਂ ਦਾ ਇੱਥੇ ਬੈਠਣਾ ਔਰ ਮੈਨੂੰ ਤਾਂ ਇੰਝ ਲੱਗਦਾ ਕਿ ਭਾਜੀ ਹਰ ਪਲ ਸਾਡੇ ਨਾਲ ਨੇ ਉਹ ਬੇਸ਼ੱਕ ਸਰੀਰਕ ਰੂਪ ਵਿੱਚ ਨਹੀਂ ਹੈਗੇ ਸਾਡੇ ਕੋਲੇ ਬਟ ਜਦੋਂ ਤੁਸੀਂ ਦੇਖਦੇ ਹੋ ਜਦੋਂ ਤੁਸੀਂ ਮਹਿਸੂਸ ਕਰਦੇ ਹੋ ਤਾਂ ਉਹਨਾਂ ਦੀਆਂ ਗੱਲਾਂ ਯਾਦ ਕਰਦੇ ਹੋ ਤਾਂ ਹਮੇਸ਼ਾ ਤੁਹਾਨੂੰ ਆਪਣੇ ਨਾਲ ਹੀ ਮਹਿਸੂਸ ਹੁੰਦੇ ਨੇ ਉਹ ਜੀ ਅੱਛਾ ਅਨੀਤਾ ਜੀ ਦੱਸੋ ਕਿ ਇੱਥੇ ਕਿੰਨੇ ਕੁ ਵਿਜ਼ਿਟਰਸ ਆ ਜਾਂਦੇ ਨੇ ਜਾਂ ਕੋਈ ਖਾਸ ਤਰ੍ਹਾਂ ਦੇ ਵਿਜ਼ਿਟਰ ਆਉਂਦੇ ਹੋਣ ਕੀ ਤੁਹਾਨੂੰ ਲੱਗਦਾ ਕਿ ਜਿੰਨੇ ਕੁ ਤੁਸੀਂ ਐਕਸਪੈਕਟ ਕੀਤੇ ਸੀ ਜਿੰਨੇ ਕੁ ਤੁਸੀਂ ਆਸ ਰੱਖੀ ਸੀ ਕਿ ਗੁਰਸ਼ਰਨ ਸਿੰਘ ਕਿਉਂਕਿ ਲੋਕਾਂ ਦੇ ਲੀਡਰ ਸਨ ਲੋਕਾਂ ਦਾ ਸਾਥੀ ਸੀ ਉਹ ਅਸਲੋ ਹੀ ਪੰਜਾਬ ਦਾ ਲੋਕਾਂ ਦਾ ਧਰਤੀ ਦਾ ਪੁੱਤਰ ਸੀ ਉਹ ਤੇ ਕੀ ਤੁਹਾਨੂੰ ਲੱਗਦਾ ਕਿ ਉਹ ਜਿੰਨੇ ਤੁਸੀਂ ਸੋਚਦੇ ਸੀਗੇ ਓਨੇ ਲੋਕ ਆਉਂਦੇ ਨੇ ਅਹ ਦੇਖੋ ਸਾਡੀ ਤਾਂ ਇੱਕ ਕੋਸ਼ਿਸ਼ ਹੈ ਤੇ ਹਮੇਸ਼ਾ ਕੋਸ਼ਿਸ਼ਾਂ ਕਾਮਯਾਬ ਹੁੰਦੀਆਂ ਨੇ ਜਦੋਂ ਤੁਸੀਂ ਅ ਸੱਚੇ ਦਿਲ ਨਾਲ ਕੋਈ ਚੀਜ਼ ਕਰਦੇ ਹੋ ਜਾਂ ਕੋਈ ਕੰਮ ਕਰਦੇ ਹੋ ਇੱਥੇ ਗੈਲਰੀ ਸ਼ਿਫਟ ਕੀਤੀ ਤਾਂ ਇੱਥੇ ਉੱਥੇ ਵੀ ਸਾਰੰਗ ਲੋਕ ਦੇ ਵਿੱਚ ਵੀ ਬਹੁਤ ਸਾਰੇ ਲੋਕ ਆਉਂਦੇ ਸੀ ਕਿਉਂਕਿ ਉੱਥੇ ਇੱਕ ਆਵਾਜਾਈ ਬਣੀ ਹੋਈ ਸੀ ਕੰਮ ਹੁੰਦਾ ਸੀ ਉੱਥੇ ਕੋਈ ਨਾ ਕੋਈ ਸਹਿਤਿਕ ਪ੍ਰੋਗਰਾਮ ਹੁੰਦਾ ਸੀ ਜਾਂ ਕੋਈ ਕਲਚਰ ਪ੍ਰੋਗਰਾਮ ਹੁੰਦਾ ਸੀ ਤੇ ਲੋਕ ਦੇਖ ਕੇ ਜਾਂਦੇ ਸੀ ਇੱਥੇ ਜਦੋਂ ਦੀ ਗੈਲਰੀ ਸ਼ਿਫਟ ਕੀਤੀ ਹੈ ਤੇ ਅਸੀਂ ਬਾਹਰ ਬੋਰਡ ਲਗਾਇਆ ਹੋਇਆ ਹੈ ਤੇ ਕਈ ਵਾਰੀ ਜਿੰਨੇ ਇਥੇ ਗਲੀ ਦੇ ਬੰਦੇ ਨੇ ਉਹ ਵੀ ਲੰਘਦੇ ਟੱਪਦੇ ਦੇਖ ਕੇ ਗਏ ਨੇ ਔਰ ਬਹੁਤ ਸਾਰੇ ਰਾਈਟਰਸ ਵੀ ਇਥੇ ਆਏ ਨੇ ਕੁਝ ਦੋਸਤ ਮਿੱਤਰ ਜਿਹੜੇ ਵਿਦੇਸ਼ ਤੋਂ ਆਉਂਦੇ ਨੇ ਉਹ ਵੀ ਦੇਖ ਕੇ ਗਏ ਨੇ ਗੈਲਰੀ ਸੋ ਕੰਟੀਨਿਉਟੀ ਦੇ ਵਿੱਚ ਅਸੀਂ ਦੱਸਿਆ ਹੋਇਆ ਸਾਰਿਆਂ ਨੂੰ ਕਿ ਸਾਨੂੰ ਫੋਨ ਕਰਕੇ ਕਦੇ ਵੀ ਕਿਸੇ ਵੇਲੇ ਵੀ ਆ ਸਕਦੇ ਹੋ ਭਾਵੇਂ ਅੱਧੀ ਰਾਤ ਨੂੰ ਆ ਕੇ ਕਹੋਗੇ ਕਿ ਅਸੀਂ ਗੈਲਰੀ ਦੇਖਣੀ ਹੈ ਤਾਂ ਸਾਨੂੰ ਕੋਈ ਦਿੱਕਤ ਨਹੀਂ ਹੈ ਤੁਸੀਂ ਆ ਸਕਦੇ ਹੋ ਕੋਈ ਖਾਸ ਕਿਸਮ ਦੇ ਵਿਜ਼ਟਰ ਜਿਨ੍ਹਾਂ ਦੇ ਤੁਹਾਡੇ ਯਾਦਗਾਰ ਜਿਹੜੇ ਬਣ ਗਏ ਹੋਵੇ ਕਿਸੇ ਦਾ ਆਉਣਾ ਤੁਹਾਡੇ ਲਈ ਐ ਵੈਸੇ ਤਾਂ ਸਾਰਿਆਂ ਦਾ ਹੀ ਸਾਰੇ ਵਿਜ਼ਟਰਸ ਸਾਡੇ ਲਈ ਯਾਦਗਾਰੀ ਨੇ ਪਰ ਇੱਕ ਬੜੀ ਕਮਾਲ ਦੀ ਗੱਲ ਹੋਈ ਸੀਗੀ ਕਿ ਬਾਹਰ ਜਾਂਦੇ ਹੋਏ ਬੰਦੇ ਨੇ ਕਿਸੇ ਨੇ ਕਿਹਾ ਕਿ ਬਾਹਰ ਨਾਮ ਲਿਖਿਆ ਹੋਇਆ ਹੈ ਗੁਰਸ਼ੰਗ ਸਿੰਘ ਮੈਮੋਰੀਅਲ ਗੈਲਰੀ ਦਾ ਤੇ ਉਹ ਉਹਨਾਂ ਨੇ ਬੈਲ ਕੀਤੀ ਅੰਦਰ ਆ ਗਏ ਇਹਨਾਂ ਦਿਨਾਂ ਦੀ ਗੱਲ ਹੈ ਕਰੋਨਾ ਦੇ ਦਿਨਾਂ ਦੀ ਗੱਲ ਹੈ ਉਹ ਅੰਦਰ ਆਏ ਤੇ ਮੈਂ ਉਹਨਾਂ ਨੂੰ ਇਨਵਾਈਟ ਕੀਤਾ ਠੀਕ ਹੈ ਜੀ ਅੰਦਰ ਆਓ ਬੈਠੋ ਤੁਸੀਂ ਪਾਣੀ ਲਓਗੇ ਮੈਨੂੰ ਪਤਾ ਹੀ ਨਹੀਂ ਸੀ ਵੀ ਬੰਦਾ ਕੌਣ ਹੈ ਮੈਂ ਕਿਹਾ ਹਾਂਜੀ ਦੱਸੋ ਮੈਂ ਨਾਮ ਪੜ ਕੇ ਆਇਆ ਜੀ ਇਹ ਤੇ ਮੈਂ ਕਿਹਾ ਹਾਂਜੀ ਦੇਖ ਕੇ ਫੋਟੋਗ੍ਰਾਫਸ ਸਾਰੀਆਂ ਕਹਿੰਦੇ ਵੀ ਇਹ ਮੜਾ ਜ ਮੈਨੂੰ ਚੰਨਣਾ ਪਾਓਗੇ ਵੀ ਇਹ ਕੌਣ ਸੀਗੇ ਸੋ ਡਿਟੇਲਸ ਥੋੜਾ ਜਿਹਾ ਦੱਸ ਦਿਓ ਮੈਂ ਉਹਨਾਂ ਨੂੰ ਬਾਜੀ ਬਾਰੇ ਸਾਰਾ ਦੱਸਿਆ ਤੇ ਬੜੇ ਬੜੇ ਖੁਸ਼ ਹੋਏ ਕਹਿੰਦੇ ਮੈਂ ਤਾਂ ਬੋਰਡ ਪੜ ਕੇ ਆਇਆ ਸੀ ਵੀ ਪਤਾ ਨਹੀਂ ਇਤੇ ਕੀ ਹੈ ਕੋਈ ਐਗਜ਼ੀਬਿਸ਼ਨ ਲੱਗੀ ਹੋਈ ਹੈ ਜਾਂ ਕਿਸ ਤਰ੍ਹਾਂ ਦਾ ਕੀ ਹੈਗਾ ਤੇ ਜਦੋਂ ਆ ਕੇ ਉਹਨਾਂ ਨੇ ਸਾਰਾ ਦੇਖਿਆ ਉਸ ਤੋਂ ਬਾਅਦ ਉਹ ਕਹਿੰਦੇ ਜੀ ਬੜਾ ਅੱਛਾ ਤੁਸੀਂ ਕੰਮ ਕੀਤਾ ਹੋਇਆ ਔਰ ਬੜੇ ਵਧੀਆ ਢੰਗ ਨਾਲ ਸਾਰਾ ਕੁਝ ਸੰਭਾਲਿਆ ਹੋਇਆ ਫਿਰ ਕਹਿੰਦੇ ਤੁਰਨ ਲੱਗੇ ਕਹਿੰਦੇ ਇੱਕ ਬੰਦਾ ਨਾ ਇੱਕ ਹੋਰ ਸੀਗਾ ਜੀ ਇਦਾਂ ਹੀ ਪਿੰਡਾਂ ਦੇ ਵਿੱਚ ਕੰਮ ਕਰਦਾ ਸੀ ਕਿਉਂਕਿ ਮੈਂ ਉਹਨਾਂ ਨੂੰ ਦੱਸ ਚੁੱਕੀ ਸੀਗੀ ਕਿ ਭਾਜੀ ਪਾਕੜਾ ਡੈਮ ਤੇ ਇੰਜੀਨੀਅਰ ਰਹੇ ਨੇ ਔਰ ਉਹਨਾਂ ਨੇ ਪਿੰਡ-ਪਿੰਡ ਜਾ ਕੇ ਨਾਟਕ ਕੀਤੇ ਨੇ ਜਾਣ ਲੱਗੇ ਕਹਿੰਦੇ ਜੀ ਇੱਕ ਬੰਦਾ ਹੋਰ ਸੀ ਜੀ ਇਸ ਤਰ੍ਹਾਂ ਦਾ ਉਹ ਵੀ ਪਿੰਡਾਂ ਦੇ ਵਿੱਚ ਉਹਨਾਂ ਨੇ ਬڑے ਨਾਟਕ ਕੀਤੇ ਐ ਸਾਡੇ ਪਿੰਡ ਵੀ ਬਨੂੜ ਦਾ ਨੇੜੇ ਦਾ ਬੰਦਾ ਸੀ ਤੇ ਸਾਡੇ ਪਿੰਡ ਵੀ ਉਹ ਨਾਟਕ ਕਰਕੇ ਗਏ ਨੇ ਤੇ ਉਹ ਨਾਟਕ ਉਹਨਾਂ ਦਾ ਅਸੀਂ ਵੀ ਦੇਖਿਆ ਕਹਿੰਦੇ ਮੇਰੀ ਦੁਕਾਨ ਤੇ ਚਾਹ ਵੀ ਪੀਣ ਆਏ ਸੀ ਮੈਂ ਉਹਨਾਂ ਉਹਨਾਂ ਦਾ ਨਾਂ ਨਹੀਂ ਮੈਨੂੰ ਪਤਾ ਪਰ ਉਹ ਭਾਈ ਮੰਨਾ ਸਿੰਘ ਸੀ ਸ਼ਾਇਦ ਸੋ ਮੈਨੂੰ ਬੜੀ ਮੈਂ ਹੱਸੀ ਵੀ ਮੈਂ ਕਹਦੀ ਹੀ ਉਹੀ ਨੇ ਭਾਈ ਮੰਨਾ ਸਿੰਘ ਜੀ ਸੋ ਬੜੀ ਖੁਸ਼ੀ ਹੋਈ ਮੈਨੂੰ ਇਸ ਗੱਲ ਦੀ ਕਿ ਕੋਈ ਰਾਹ ਜਾਂਦਾ ਬੰਦਾ ਵੀ ਅੰਦਰ ਆਇਆ ਤੇ ਜਦੋਂ ਉਹਨੇ ਦੇਖਿਆ ਉਦੋਂ ਨੂੰ ਨਹੀਂ ਸੀ ਪਤਾ ਪਰ ਜਦੋਂ ਉਹਨੇ ਉਹਨਾਂ ਨਾਲ ਰਿਲੇਟ ਕੀਤਾ ਫਿਰ ਪਤਾ ਲੱਗਿਆ ਕਿ ਉਹੀ ਗੁਰਸ਼ਰਨ ਸਿੰਘ ਹੈ ਤੇ ਉਹੀ ਭਾਈ ਮੰਨਤ ਸਿੰਘ ਹੈ ਅਨੀਤਾ ਜੀ ਦੱਸੋ ਕਿ ਉਹਨਾਂ ਨਾਲ ਜਿਹੜੇ ਕੰਮ ਕਰਦੇ ਸੀ ਕਲਾਕਾਰ ਜਿਨ੍ਹਾਂ ਨੇ ਉਹਨਾਂ ਤੋਂ ਰੰਗਮંચ ਸਿੱਖਿਆ ਜਾਂ ਜਿਨ੍ਹਾਂ ਨੇ ਲੋਕ ਪੱਖੀ ਹੋਣ ਦੀ ਲੋਕ ਹਮੈਤੀ ਹੋਣ ਦੀ ਗੁੜਤੀ ਉਹਨਾਂ ਤੋਂ ਲਈ ਸਿੱਖਿਆ ਉਹਨਾਂ ਤੋਂ ਲਈ ਕਿ ਕਲਾ ਦਾ ਕੰਮ ਲੋਕਾਂ ਦੇ ਮਸਲੇ ਉਠਾਉਣਾ ਕਲਾ ਲੋਕਾਂ ਲਈ ਜ਼ਿੰਮੇਵਾਰ ਤੇ ਜਵਾਬਦੇਹ ਹੁੰਦੀ ਹੈ ਹੈਨਾ ਜਿਨ੍ਹਾਂ ਨੇ ਇਸੇ ਕਾਬਾਜੀ ਤੋਂ ਕਿ ਉਹ ਲੋਕ ਵੀ ਆਉਂਦੇ ਨੇ ਕਲਾਕਾਰ ਬਿਲਕੁਲ ਆਉਂਦੇ ਨੇ ਜੀ ਸਾਰੇ ਕਲਾਕਾਰ ਇੱਥੇ ਆ ਚੁੱਕੇ ਨੇ ਕੁਝ ਅਜੇ ਕੁਝ ਕਾਰਨਾ ਕਰਕੇ ਨਹੀਂ ਵੀ ਪਹੁੰਚ ਸਕੇ ਪਰ ਮੈਂ ਸੱਦਾ ਸਾਰਿਆਂ ਨੂੰ ਦਿੱਤਾ ਹੋਇਆ ਹੈ ਕਿ ਭਾਵੇਂ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਕਿ ਇਸ ਗੈਲਰੀ ਦੇ ਵਿੱਚ ਜੇ ਕੋਈ ਅੱਧੀ ਰਾਤ ਨੂੰ ਵੀ ਆਉਣਾ ਚਾਹੇਗਾ ਉਹਦੇ ਲਈ ਮੋਸਟ ਵੈਲਕਮ ਹੈ ਕਿਸੇ ਵੀ ਟਾਈਮ ਤੁਸੀਂ ਆ ਸਕਦੇ ਹੋ ਫਰਕ ਸਿਰਫ ਇਹੀ ਹੈ ਕਿ ਅਸੀਂ ਕੋਈ ਬੰਦਾ ਹਾਇਰ ਨਹੀਂ ਕਰ ਸਕਦੇ ਨਾ ਸੁਚੇਤਕ ਰੰਗਮંચ ਇਸ ਕਾਬਿਲ ਸੀਗਾ ਕਿ ਕੋਈ ਬੰਦਾ ਇਥੇ ਰੱਖ ਲਿਆ ਜਾਵੇ ਉਹਨੂੰ ਹਾਇਰ ਕੀਤਾ ਜਾਵੇ ਉਹਨੂੰ ਪੈਸੇ ਦਿੱਤੇ ਜਾਣ ਤੇ ਨਾ ਹੀ ਪਰਿਵਾਰ ਵੱਲੋਂ ਇਹ ਪੋਸੀਬਲ ਸੀਗਾ ਸੋ ਅਸੀਂ ਤਾਂ ਇੱਕ ਕੋਸ਼ਿਸ਼ ਕੀਤੀ ਹੈ ਤੇ ਪਰ ਇਸ ਕੋਸ਼ਿਸ਼ ਦੇ ਵਿੱਚ ਅਸੀਂ ਇੱਕ ਖੁੱਲਾ ਸੱਦਾ ਦਿੰਦੇ ਆ ਕਿਸੇ ਵੀ ਸਮੇਂ ਤੁਸੀਂ ਗੈਲਰੀ ਆ ਕੇ ਦੇਖ ਸਕਦੇ ਹੋ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਫੋਨ ਨੰਬਰ ਛੱਡਿਆ ਹੋਇਆ ਹੈ ਔਰ ਵੈਸੇ ਵੀ ਅਸੀਂ ਇਹ ਕਹਿੰਦੇ ਆ ਕਿ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਸਾਨੂੰ ਕੰਟੈਕਟ ਵੀ ਕਰ ਸਕਦੇ ਹੋ ਕਿਸੇ ਵੇਲੇ ਵੀ ਆ ਕੇ ਇਸ ਗੈਲਰੀ ਨੂੰ ਦੇਖ ਸਕਦੇ ਹੋ ਔਰ ਬਹੁਤ ਸਾਰੇ ਦੋਸਤ ਮਿੱਤਰ ਆਏ ਵੀ ਨੇ ਤੇ ਅਜੇ ਕੁਝ ਨੇ ਆਉਣਾ ਬਾਕੀ ਵੀ ਹੈ ਕਿਉਂਕਿ ਥੋੜੀ ਦੇਰ ਦੇ ਵਿੱਚ ਹੁਣ ਕਾਫੀ ਲੰਬੇ ਸਮੇਂ ਤੋਂ ਜਿੱਦਾਂ ਕਰੋਨਾ ਦਾ ਪੀਰੀਅਡ ਆ ਗਿਆ ਪਰ ਇਸ ਦੇ ਦੌਰਾਨ ਵੀ ਕੁਝ ਦੋਸਤ ਮਿੱਤਰ ਆਏ ਨੇ ਜੀ ਗੁਰਸ਼ਰਨ ਪਾਜੀ ਕਿਉਂਕਿ ਲੋਕਾਂ ਦੇ ਆਗੂ ਸਨ ਲੋਕਾਂ ਦੇ ਕਲਾਕਾਰ ਸਨ ਤੇ ਉਹਨਾਂ ਨਾਲ ਬਹੁਤ ਲੋਕ ਜੁੜੇ ਰਹੇ ਨੇ ਉਹ ਇੱਕ ਲਹਿਰ ਸਨ ਆਪਣੇ ਆਪ ਵਿੱਚ ਇੱਕ ਲਿਜੈਂਡ ਸਨ ਤੇ ਕੀ ਦੇਸ਼ ਵਿਦੇਸ਼ ਤੋਂ ਕਿਸੇ ਨੇ ਕੋਈ ਇਸ ਗੈਲਰੀ ਲਈ ਮਦਦ ਦੀ ਪੇਸ਼ਕਸ਼ ਕੀਤੀ ਨਹੀਂ ਜੀ ਇਹ ਸਾਰੀ ਜਿੰਨੀ ਵੀ ਕੋਸ਼ਿਸ਼ ਹੈਗੀ ਹੈ ਇਹ ਸੁਚੇਤਕ ਰੰਗਮঞ্চ ਦੀ ਹੀ ਹੈ ਉਹਦੇ ਵਾਸਤੇ ਅਸੀਂ ਖੁਦ ਵੀ ਕੋਸ਼ਿਸ਼ ਨਹੀਂ ਕੀਤੀ ਪੈਸੇ ਮੰਗਣ ਵਾਲੀ ਗੱਲ ਜਿਹੜੀ ਹੁੰਦੀ ਹੈ ਮੈਂ ਪਰਸਨਲੀ ਇਹ ਸਮਝਦੀ ਹਾਂ ਕਿ ਜਿਹੜੇ ਚਾਹੇ ਉਦੇਸ਼ਤ ਹੈ ਚਾਹੇ ਵਿਦੇਸ਼ਤ ਹੈ ਪੈਸੇ ਇਕੱਠੇ ਕਰਨ ਵਾਲੀ ਗੱਲ ਨਾ ਉਹ ਥੋੜੀ ਜੀ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ ਉਹ ਲੱਗਦਾ ਹੁੰਦਾ ਹੈ ਕਿ ਕਿਸੇ ਨੂੰ ਲੱਗੇਗਾ ਕਿ ਆਪ ਹੀ ਪੈਸੇ ਇਕੱਠੇ ਕਰ ਰਹੇ ਨੇ ਮੈਂ ਉਹਨਾਂ ਚੀਜ਼ਾਂ ਤੋਂ ਬਹੁਤ ਦੂਰ ਭੱਜਦੀ ਆ ਇੱਥੋਂ ਤੱਕ ਕਿ ਗੁਰシャン ਸਿੰਘ ਨਾਟ ਉਤਸਵ ਵਾਸਤੇ ਵੀ ਸਾਨੂੰ ਬਹੁਤ ਸਾਰੇ ਦੋਸਤ ਮਿੱਤਰ ਕਹਿੰਦੇ ਨੇ ਕਿ ਫੰਡ ਇਕੱਠਾ ਕਰਿਆ ਕਰੋ ਜਿੱਦਾਂ ਮੈਂ ਵਿਦੇਸ਼ ਦੇ ਵਿੱਚ ਕਈ ਵਾਰੀ ਪਰਫਾਰਮੈਂਸ ਕਰਨ ਜਾਣੀ ਆ ਤਾਂ ਉਦੋਂ ਵੀ ਉਹ ਕਹਿੰਦੇ ਨੇ ਕਿ ਤੁਸੀਂ ਪੈਸੇ ਇਕੱਠੇ ਕਰ ਲਿਆ ਕਰੋ ਫੰਡਸ ਭਾਜੀ ਵਾਸਤੇ ਮਿਲ ਸਕਦਾ ਹੈ ਗੈਲਰੀ ਵਾਸਤੇ ਮਿਲ ਸਕਦਾ ਪਰ ਮੈਂ ਇਸ ਚੀਜ਼ ਤੋਂ ਦੂਰ ਰਹਿਣਾ ਚਾਹੁੰਦੀ ਆ ਕਿਉਂਕਿ ਮੈਂ ਕੋਈ ਇਹੋ ਜਿਹਾ ਬਲੇਮ ਨਹੀਂ ਲੈਣਾ ਚਾਹੁੰਦੀ ਕਿ ਕੋਈ ਹਾਲਾਂਕਿ ਕੋਈ ਕਹੇਗਾ ਨਹੀਂ ਲੇਕਿਨ ਖੁਦ ਨੂੰ ਲੱਗਦਾ ਕਿਉਂਕਿ ਪੈਸੇ ਨਾਲ ਜੁੜਿਆ ਹੋਇਆ ਮਸਲਾ ਹੈ ਤੇ ਪੈਸੇ ਨਾਲ ਜੁੜੇ ਹੋਏ ਮਸਲੇ ਦੇ ਤੋਂ ਮੈਂ ਬਹੁਤ ਅਵੇਰ ਰਹਿਣਾ ਚਾਹੁੰਦੀ ਆ ਜੋ ਵੀ ਸਾਡੀ ਕੋਸ਼ਿਸ਼ ਹੈਗੀ ਹੈ ਤਾਂ ਹੀ ਬਹੁਤ ਸੀਮਿਤ ਸਾਧਨਾਂ ਦੇ ਨਾਲ ਡਿਜ਼ਾਈਨ ਕੀਤੀ ਹੋਈ ਗੈਲਰੀ ਹੈ ਜੇ ਹੁਣ ਕਰਨਾ ਚਾਹਾਂਗੇ ਤਾਂ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਅਸੀਂ ਇੱਥੇ ਇੱਕ ਬੰਦਾ ਹਾਇਰ ਕਰਕੇ ਪ੍ਰੋਪਰ ਤਰੀਕੇ ਨਾਲ ਸਾਰੇ ਘਰ ਨੂੰ ਡਿਜ਼ਾਈਨ ਕਰ ਸਕਦੇ ਹਾਂ ਉਸ ਗੈਲਰੀ ਦੇ ਰੂਪ ਦੇ ਵਿੱਚ ਤੇ ਇੱਥੇ ਅਸੀਂ ਕੰਟੀਨਿਉਟੀ ਦੇ ਵਿੱਚ ਮੀਟਿੰਗਸ ਕਰ ਸਕਦੇ ਹਾਂ ਪਰ ਕੋਈ ਕਿਉਂਕਿ ਰਹਾਇਸ਼ੀ ਏਰੀਆ ਵੀ ਹੈ ਥੋੜਾ ਜਿਆ ਉਹਨਾਂ ਚੀਜ਼ਾਂ ਦਾ ਵੀ ਖਿਆਲ ਰੱਖਣਾ ਪੈਣਾ ਔਰ ਇਹੋ ਜੇ ਕੰਮ ਤਾਂ ਹੁੰਦੇ ਨੇ ਸਰਕਾਰਾਂ ਦੇ ਹੂੰ ਹਨ ਜੇ ਇੰਗਲੈਂਡ ਦੇ ਵਿੱਚ ਸ਼ੇਕਸਪੀਅਰ ਦੇ ਘਰ ਨੂੰ ਸੰਭਾਲਿਆ ਜਾ ਸਕਦਾ ਤਾਂ ਸਾਡੇ ਸ਼ੇਕਸਪੀਅਰ ਦੇ ਘਰ ਨੂੰ ਕਿਉਂ ਨਹੀਂ ਸੰਭਾਲਿਆ ਜਾ ਸਕਦਾ ਸਾਡੇ ਲਈ ਸਾਡਾ ਸ਼ੇਕਸਪੀਅਰ ਗੁਰਸ਼ਰਨ ਸਿੰਘ ਹੈ ਸਾਨੂੰ ਕੋਸ਼ਿਸ਼ ਜੀ ਜੇ ਇੰਗਲੈਂਡ ਆਪਣੇ ਸ਼ੇਕਸਪੀਅਰ ਨੂੰ ਸੰਭਾਲ ਸਕਦਾ ਤਾਂ ਅਸੀਂ ਪੰਜਾਬੀ ਆਪਣੇ ਸ਼ੇਕਸਪੀਅਰ ਨੂੰ ਕਿਉਂ ਨਹੀਂ ਸੰਭਾਲ ਸਕਦੇ ਪੰਜਾਬੀ ਖੁੱਲੇ ਦਿਲ ਵਾਲੇ ਬڑے ਦਾਤੇ ਕਿਸਮ ਦੇ ਲੋਕ ਹਨ ਚਲੋ ਆਪਾਂ ਕੁਝ ਵੀ ਨਹੀਂ ਆਖਾਂਗੇ ਪਰ ਇਹ ਸੱਚ ਹੈ ਕਿ ਭਾਵੇਂ ਸਰਕਾਰਾਂ ਵੱਲੋਂ ਭਾਵੇਂ ਲੋਕਾਂ ਵੱਲੋਂ ਕੋਈ ਸਟੱਡੀ ਸੈਂਟਰ ਕੁਝ ਕੁਝ ਖੁੱਲੇ ਥਾਵਾਂ 'ਚ ਗੁਰਸ਼ਰਨਪਾ ਜੀ ਦੇ ਨਾਂ ਤੇ ਕੁਝ ਇਹੋ ਜਿਹਾ ਤਾਂ ਹੋਣਾ ਚਾਹੀਦਾ ਸੀ ਖੈਰ ਪਰਿਵਾਰ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀਆਂ ਧੀਆਂ ਵੱਲੋਂ ਤੇ ਉਹਨਾਂ ਦੀ ਪਤਨੀ ਵੱਲੋਂ ਅਤੇ ਸੁਚੇਤਕ ਰੰਗ ਮੰਚ ਵੱਲੋਂ ਅਨੀਤਾ ਸ਼ਬਦੀਸ਼ ਤੇ ਸ਼ਬਦੀਸ਼ ਜੀ ਇਹ ਉਪਰਾਲਾ ਕਰ ਰਹੇ ਨੇ ਇਹ ਗੈਲਰੀ ਸੰਭਾਲ ਰਹੇ ਨੇ ਗੈਲਰੀ ਅਸੀਂ ਤੁਹਾਨੂੰ ਸਾਰੀ ਦਿਖਾ ਚੁੱਕੀਆਂ ਇਹ ਬਹੁਤ ਚੰਗਾ ਉਪਰਾਲਾ ਹੈ ਆਪਣੇ ਇਤਿਹਾਸ ਨੂੰ ਸਾਂਭਣਾ ਆਪਣੇ ਬੀਤੇ ਨੂੰ ਸਾਂਭਣਾ ਸਾਨੂੰ ਸਭ ਨੂੰ ਇਹ ਆਉਣਾ ਚਾਹੀਦਾ ਤੇ ਸਾਨੂੰ ਘਟੂ ਘਟ ਆਪਣਾ ਇਤਿਹਾਸ ਨਾਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਆਪਾਂ ਵੀ ਖਚ ਤੁਰਨ ਲਈ ਜੀ ਜੀ ਮਾਫ ਕਰਨਾ ਮੈਂ ਇੱਕ ਗੱਲ ਹੋਰ ਜ਼ਰੂਰੀ ਕਹਿਣਾ ਚਾਹੁੰਦੀ ਜਿਹੜੀ ਇੱਕ ਗੈਲਰੀ ਜਿਹੜੀ ਹੈਗੀ ਹੈ ਜਿਹੜੇ ਨਵੇਂ ਬੱਚੇ ਨੇ ਜਿਹੜੇ ਅੱਜ ਦੀ ਪੀੜੀ ਦੇ ਬੱਚੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਗੁਰシャン ਸਿੰਘ ਕੌਣ ਨੇ ਜਦੋਂ ਨਵੇਂ ਬੱਚੇ ਆ ਕੇ ਦੇਖਦੇ ਆ ਉਹਨਾਂ ਦਾ ਕੰਮ ਦੇਖਦੇ ਆ ਫਿਰ ਮੈਂ ਉਹਨਾਂ ਨੂੰ ਬਾਜੀ ਤੇ ਬਣਾਈ ਹੋਈ ਡਾਕੂਮੈਂਟਰੀ ਦਿੰਨੀ ਆ ਕਿਉਂਕਿ ਅਸੀਂ 2007 ਦੇ ਵਿੱਚ ਬਾਜੀ ਦੇ ਉੱਤੇ ਇੱਕ ਡਾਕੂਮੈਂਟਰੀ ਫਿਲਮ ਬਣਾਈ ਸੀ ਕ੍ਰਾਂਤੀ ਦਾ ਕਲਾਕਾਰ ਉਹ ਅਸੀਂ ਨਵੇਂ ਬੱਚਿਆਂ ਨੂੰ ਦਿੰਦੇ ਆ ਤੇ ਉਹ ਦੇਖ ਕੇ ਖੁਸ਼ ਹੁੰਦੇ ਨੇ ਔਰ ਮੇਰਾ ਮੰਨਣਾ ਇਹ ਹੈ ਕਿ ਜੇ ਅਸੀਂ ਨਵੇਂ ਬੱਚਿਆਂ ਨੂੰ ਆਉਣ ਵਾਲੇ ਬੱਚਿਆਂ ਨੂੰ ਆਪਣੇ ਸ਼ੇਕਸਪੀਅਰ ਬਾਰੇ ਜਾਂ ਆਪਣੇ ਗੁਰਸ਼ੰਗ ਸਿੰਘ ਬਾਰੇ ਦੱਸ ਹੀ ਨਹੀਂ ਸਕਦੇ ਤਾਂ ਫਿਰ ਕੀ ਫਾਇਦਾ ਔਰ ਇਹੋ ਜਿਹੜਾ ਕੰਮ ਹੈਗਾ ਮੈਨੂੰ ਲੱਗਦਾ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬਹੁਤ ਜ਼ਰੂਰੀ ਹੈ ਤਾਂ ਕਿ ਬੱਚੇ ਸਮਝ ਸਕਣ ਦੇਖ ਸਕਣ ਕਿ ਸਾਡੇ ਕੋਲ ਵੀ ਇਸ ਤਰ੍ਹਾਂ ਦੇ ਕੰਮ ਕਰਨ ਵਾਲੇ ਪਿੰਡ-ਪਿੰਡ ਜਾ ਕੇ ਆਪਣੇ ਸੁੱਖ ਨੂੰ ਤਿਆਗ ਕੇ ਹਨਾ ਕੰਮ ਕੀਤਾ ਗੁਰਸ਼ੰਗ ਸਿੰਘ ਜੀ ਨੇ ਸੋ ਇਹ ਗੈਲਰੀ ਉਹਨਾਂ ਲਈ ਵੀ ਬਹੁਤ ਜ਼ਰੂਰੀ ਹੈ ਜੀ ਅਨੀਤਾ ਜੀ ਤੁਸੀਂ ਇਹ ਗੈਲਰੀ ਸੰਭਾਲ ਰਹੇ ਹੋ ਇਹਦੇ ਲਈ ਤੁਹਾਡਾ ਇੱਕ ਵੱਖਰੀ ਤਰ੍ਹਾਂ ਧੰਨਵਾਦ ਤੁਸੀਂ ਸਾਨੂੰ ਇਹ ਸਮਾਂ ਦਿੱਤਾ ਟੀਵੀ ਪੰਜਾਬ ਦੇ ਦਰਸ਼ਕਾਂ ਨੂੰ ਇੰਨੀ ਵੱਡੀ ਜਾਣਕਾਰੀ ਦਿੱਤੀ ਤੇ ਅਸੀਂ ਗੈਲਰੀ ਵੀ ਸਾਰੀ ਲਗਭਗ ਅਸੀਂ ਰਿਕਾਰਡ ਕਰ ਲਈ ਹੈ ਤੇ ਤੁਹਾਡਾ ਇਹਦੇ ਲਈ ਬਹੁਤ-ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਟੀਵੀ ਪੰਜਾਬ ਦਾ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਇਸ ਗੈਲਰੀ ਦੇ ਵਿੱਚ ਆ ਕੇ ਇਸ ਨੂੰ ਰਿਕਾਰਡ ਕੀਤਾ ਥੈਂਕ ਯੂ ਸੋ ਮਚ ਥੈਂਕ ਯੂ ਹਾਂਜੀ ਗੁਰਸ਼ਰਨ ਸਿੰਘ ਯਾਦਗਾਰੀ ਗੈਲਰੀ ਦੇ ਸਬੰਧ ਵਿੱਚ ਅਸੀਂ ਉਹਨਾਂ ਦੇ ਪਰਿਵਾਰ ਵਿੱਚੋਂ ਉਹਨਾਂ ਦੀ ਛੋਟੀ ਧੀ ਡਾਕਟਰ ਅਰੀਤ ਹੋਰਾਂ ਨਾਲ ਗੱਲਬਾਤ ਕਰਦੇ ਹਾਂ ਅਰੀਤ ਜੀ ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਅਰੀਤ ਜੀ ਤੁਹਾਨੂੰ ਤੁਸੀਂ ਵੀ ਇਹ ਗੈਲਰੀ ਗੁਰਚਰਨ ਭਾਜੀ ਦੀ ਯਾਦ ਵਿੱਚ ਜੋ ਗੈਲਰੀ ਸਥਾਪਿਤ ਹੋਈ ਹੈ ਕਿਉਂਕਿ ਉਹ ਤੁਹਾਡੇ ਚੰਡੀਗੜ੍ਹ ਵਾਲੇ ਘਰ ਵਿੱਚ ਬਣੀ ਹੈ ਤੇ ਤੁਹਾਨੂੰ ਇਹ ਕਦੋਂ ਲੱਗਿਆ ਕਿ ਇਹ ਸਾਨੂੰ ਹੁਣ ਇੱਥੇ ਘਰ ਵਿੱਚ ਲੈ ਆਉਣੀ ਚਾਹੀਦੀ ਹੈ ਕਿਉਂਕਿ ਪਹਿਲਾਂ ਇਸ ਤੋਂ ਪਹਿਲਾਂ ਇਹ ਸਾਰੰਗ ਲੋਕ ਵਿੱਚ ਚੱਲ ਰਹੀ ਸੀ ਇਸ ਤਰ੍ਹਾਂ ਸੀਗਾ ਕਿ ਅਸੀਂ ਬਹੁਤ ਧੇਰ ਇਹ ਚਾਹੁੰਦੇ ਰਹੇ ਸੀ ਕਿ ਅਸਲੀ ਜੋ ਪਾਪਾ ਦਾ ਕੰਮ ਸੀਗਾ ਉਹ ਅੰਮ੍ਰਿਤਸਰ ਜਿਹੜਾ ਸਾਡਾ ਅੰਮ੍ਰਿਤਸਰ ਵਾਲਾ ਕਾਰ ਸੀਗਾ ਉਹਦੇ ਵਿੱਚ ਉਹਨਾਂ ਨੇ ਬਹੁਤ ਕੰਮ ਕੀਤਾ ਸੀ ਤੇ ਉਹ ਬੜਾ ਇੱਕ ਯਾਦਗਾਰੀ ਕੰਮ ਸੀਗਾ ਕਿਉਂਕਿ ਉਹਨਾਂ ਦਾ ਜ਼ਿਆਦਾਤਰ ਕੰਮ ਜੋ ਸੀਗਾ ਉਹਨਾਂ ਦਾ ਅੰਮ੍ਰਿਤਸਰ ਵਾਲੇ ਕਾਰ ਵਿੱਚ ਜਿਹਦੀ ਛੱਤ ਤੇ ਰਿਹਰਸਲ ਹੁੰਦੀ ਸੀ ਸੀਗਾ ਉਹ ਯਾਦਗਾਰੀ ਪਰ ਉਹ ਕਿਉਂਕਿ ਪਾਪਾ ਦਾ ਸਾਰਿਆਂ ਦਾ ਸਾਂਝਾ ਕਾਰ ਸੀ ਉਹਨਾਂ ਦੇ ਭਰਾਵਾਂ ਦਾ ਵੀ ਤੇ ਇਸ ਕਰਕੇ ਸਾਡੇ ਉਹਦੇ ਤੇ ਹੱਕ ਨਹੀਂ ਬੰਦਾ ਸੀ ਤੇ ਅਸੀਂ ਉਹਨੂੰ ਨਹੀਂ ਉਹਨਾਂ ਦੀ ਯਾਦਗਾਰ ਵਜੋਂ ਨਹੀਂ ਲੈ ਸਕਦੇ ਸੀ ਪਰ ਜਿਹੜਾ ਇਹ ਵਾਲਾ ਕਾਰ ਸੀ ਚੰਡੀਗੜ੍ਹ ਵਾਲਾ ਹਾਲਾਂਕਿ ਇਹ ਬਹੁਤ ਛੋਟਾ ਫਲੈਟ ਹੈ ਯਾਨੀ ਕਿ ਗਰਾਊਂਡ ਫਲੋਰ ਤੇ ਇੱਕ ਫਲੈਟ ਹੈ ਤੇ ਪਾਪਾ ਦੇ ਜਾਣ ਤੋਂ ਬਾਅਦ ਮੰਮੀ ਉੱਥੇ ਰਹੇ ਮੰਮੀ ਰਹਿੰਦੇ ਰਹੇ 2017 ਤੱਕ ਜਦੋਂ ਫਿਰ ਹੋਇਆ ਕਿ ਮੰਮੀ ਦੀ ਹੁਣ ਸੇਤ ਹੈ ਇਜਾਜ਼ਤ ਨਹੀਂ ਦਿੰਦੀ ਕਿ ਉਹ ਇਕੱਲੇ ਉੱਥੇ ਰਹਿਣ ਤਕਰ ਕੁਛ ਥੇਰ ਖਾਲੀ ਪਿਆ ਰਿਆ ਪਰ ਅਸੀਂ ਕਦੀ ਵੀ ਇਹਨੂੰ ਜਿਵੇਂ ਨਾਂ ਤੇ ਕਿਰਾਏ ਤੇ ਦੇਣਾ ਚਾਹੁੰਦੇ ਸੀਗੇ ਕਿਉਂਕਿ ਇਹਦੇ ਚ ਪਾਪਾ ਦੀਆਂ ਬਹੁਤ ਸਾਡੇ ਹਿਸਾਬ ਨਾਲ ਵੱਡ ਮੁੱਲੀਆਂ ਯਾਦਾਂ ਸਿਗੀਆਂ ਤੇ ਕੁਛ ਥੇਰ ਤੱਕ ਅੰਜੀ ਚੱਲਦਾ ਰਿਹਾ ਉਸ ਤੋਂ ਬਾਅਦ ਫਿਰ ਅਸੀਂ ਐਵੀ ਮੈਂ ਸੋਚਿਆ ਕਿ ਭਈ ਜੇ ਸਾਰੰਗ ਲੋਕ ਵਿੱਚ ਇੱਕ ਕਮਰੇ ਵਿੱਚ ਪਾਪਾ ਦੀ ਯਾਦਗਾਰ ਹੈ ਤੇ ਜੱਥੇ ਕਿ ਕਾਰ ਖਾਲੀ ਪਿਆ ਹੋਇਆ ਹੈ ਤਾਂ ਕਿਉਂ ਨਾ ਇੱਥੇ ਸਥਾਪਿਤ ਕੀਤੀ ਜਾਏ ਗੈਲਰੀ ਪਰ ਉਹਦਾ ਵੀ ਫਿਰ ਐ ਸੀਗਾ ਕਿ ਉਹਦੇ ਨਾਲ ਕਿਸੇ ਨੂੰ ਰਹਿਣਾ ਵੀ ਪਏਗਾ ਕਿਉਂਕਿ ਜੇ ਅਸੀਂ ਸਿਰਫ ਗੈਲਰੀ ਬਣਾ ਲੈਂਦੇ ਹਾਂ ਤੇ ਉਹਦਾ ਕੇਅਰ ਟੇਕਰ ਕੌਣ ਹੋਏਗਾ ਤੇ ਉਹ ਫਿਰ ਬੜੀ ਅੱਛੀ ਗੱਲ ਹੈ ਕਿ ਅਨੀਤਾ ਤੇ ਸ਼ਬਦੀਸ਼ ਨੇ ਮਨ ਲਿਆ ਕਿ ਉਹ ਵੀ ਗੈਲਰੀ ਦੇ ਨਾਲ ਹੀ ਕਾਰ ਵੀ ਸ਼ਿਫਟ ਕੀਤੇ ਤਾਂ ਕਿ ਉਹ ਇੱਕ ਚਲੰਤ ਗੈਲਰੀ ਰਹੇ ਤੇ ਇੱਕ ਕਾਰ ਵੀ ਰਹੇ ਤਾਂ ਕਿ ਉਹ ਸਦਾ ਖੁੱਲਾ ਰਹੇ ਸੋ ਇਹ ਵੇਗਾਂ ਤੇ ਤੁਸੀਂ ਕਦੇ ਕਿਉਂਕਿ ਬਾਜੀ ਇੱਕ ਬਹੁਤ ਵੱਡੀ ਹਸਤੀ ਸਨ ਉਹ ਲੋਕਾਂ ਦੇ ਲੀਡਰ ਸਨ ਲੋਕਾਂ ਨਾਲ ਜੁੜੇ ਰਹੇ ਉਹ ਤੇ ਉਹ ਇੱਕ ਤਰ੍ਹਾਂ ਦੀ ਪੰਜਾਬ ਦੀ ਜਾਂ ਕਿਰਤੀ ਲੋਕਾਂ ਦੀ ਵਿਰਾਸਤ ਨੇ ਕੀ ਕਦੇ ਤੁਸੀਂ ਲੋਕਾਂ ਦੇ ਸਹਿਯੋਗ ਨਾਲ ਉਹਨੂੰ ਆਰਟ ਗੈਲਰੀ ਸੌਰੀ ਮਾਫ ਕਰਨਾ ਇਸ ਗੈਲਰੀ ਨੂੰ ਗੁਰਚੰਦ ਸਿੰਘ ਯਾਦਗਾਰੀ ਗੈਲਰੀ ਨੂੰ ਵਿਸਥਾਰ ਦੇਣ ਦਾ ਕਦੇ ਵਿਚਾਰ ਕਰੋਗੇ ਇਸ ਤਰ੍ਹਾਂ ਇਹ ਗੱਲ ਹੈ ਕਿ ਵਿਸਥਾਰ ਤੋਂ ਮੈਂ ਗੱਲ ਅਸੀਂ ਬਹੁਤ ਦੋਨੋਂ ਪੈਨਾ ਇਸ ਗੱਲ ਬਾਰੇ ਕਲੀਅਰ ਆ ਮਮੀ ਸਾਡੇ ਨਾਲ ਨੇ ਕਿ ਪਾਪਾ ਇੱਕ ਅਸੀਂ ਉਹਨਾਂ ਨੂੰ ਦੀ ਯਾਦ ਨਹੀਂ ਉਹਨਾਂ ਦੀ ਸੋਚ ਨੂੰ ਵਿਕਸਿਤ ਕਰਨਾ ਚਾਹੁੰਦੇ ਹਾਂ ਕਿਉਂਕਿ ਗੁਰਸਰਨ ਸਿੰਘ ਦੀ ਯਾਦ ਕਾਫੀ ਨਹੀਂ ਹੈ ਗੁਰਚਰਨ ਸਿੰਘ ਦੀ ਜੋ ਸੋਚ ਸੀ ਇਸ ਵਕਤ ਜੋ ਦੇਸ਼ ਤੇ ਹਾਲਾਤ ਨੇ ਜਿਹੜੇ ਉਹਨਾਂ ਦੇ ਸਾਥੀ ਸਨ ਜਿਵੇਂ ਕਿ ਵਰਵਰਾ ਰਾਉ ਜੀ ਔਰ ਜਿਸ ਤਰ੍ਹਾਂ ਕਿ ਗੋਤਮ ਨੌ ਲਖਾ ਮੈਨੂੰ ਅਜੇ ਤੱਕ ਯਾਦ ਹੈ ਬਹੁਤ ਵਾਰੀ ਅੰਮ੍ਰਿਤਸਰ ਸਾਡੇ ਕਾਰਜਾਂ ਦੇ ਸੀ ਦਿੱਲੀ ਦੰਗਿਆਂ ਤੋਂ ਬਾਅਦ ਪਾਪਾ ਨੇ ਗੋਤਮ ਨੌ ਲਖਾ ਟੀਮ ਨੇ ਮਿਲ ਕੇ ਕਾਫੀ ਕੰਮ ਕੀਤਾ ਸੀ ਤੇ ਅੱਜ ਉਹ ਹੀ ਲੋਕ ਸਲਾਖਾਂ ਪਿੱਛੇ ਬੰਦ ਨੇ ਤੇ ਜੇ ਗੁਰਚਰਨ ਸਿੰਘ ਅੱਜ ਜ਼ਿੰਦਾ ਹੁੰਦੇ ਤੇ ਉਹ ਕਿਸ ਤਰ੍ਹਾਂ ਰਿਐਕਟ ਕਰਦੇ ਤੇ ਅਸੀਂ ਸਾਰੇ ਇਹ ਚਾਹੁੰਦੇ ਆ ਕਿ ਗੁਰਸ਼ਰਨ ਸਿੰਘ ਦੀ ਗੈਲਰੀ ਸੋਚ ਨਹੀਂ ਮਤਲਬ ਇੱਕ ਸੋਚ ਬਣ ਕੇ ਉਬਰੇ ਨਾ ਕਿ ਯਾਦ ਸਿਰਫ ਯਾਦਗਾਰ ਨਹੀਂ ਇੱਕ ਸੋਚ ਹੈ ਤੇ ਜਿੱਥੋਂ ਦਾ ਲੋਕਾਂ ਦਾ ਸਹਿਯੋਗ ਲੈਣ ਦਾ ਦੇਖੋ ਇਸ ਤਰ੍ਹਾਂ ਹੈ ਕਿ ਅਸੀਂ ਨਈਆ ਪਾਪਾ ਜਦੋਂ ਜ਼ਿੰਦਾ ਵੀ ਸੀ ਤੇ ਉਹਨਾਂ ਨੂੰ ਕਾਫੀ ਇਸ ਗੱਲ ਦੀ ਸੀਗੀ ਕਿ ਉਹਨਾਂ ਕੋਲ ਥੋੜੀ ਸੀਗੀ ਕਿ ਨਾ ਤੇ ਉਹਨਾਂ ਕੋਲ ਰਿਹਰਸਲ ਵਾਸਤੇ ਕੋਈ ਜਗ੍ਹਾ ਸੀ ਕਿਉਂਕਿ ਅੰਮ੍ਰਿਤਸਰ ਵਾਲਾ ਘਰ ਵੱਡਾ ਸੀ ਉਹਦੇ ਵਿੱਚ ਰਿਹਰਸਲ ਹੁੰਦੀ ਸੀ ਤੇ ਚੰਡੀਗੜ੍ਹ ਵਿੱਚ ਉਹਨਾਂ ਕੋਲ ਕੋਈ ਵੀ ਐਸੀ ਜਗ੍ਹਾ ਨਹੀਂ ਸੀ ਜਿੱਥੇ ਉਹ ਰਿਹਰਸਲਾਂ ਕਰ ਸਕਦੇ ਤੇ ਉਹਨਾਂ ਨੂੰ ਕਾਫੀ ਇਸ ਗੱਲ ਦੀ ਤਕਲੀਫ ਵੀ ਸੀਗੀ ਪਰ ਅਸੀਂ ਉਹਨਾਂ ਨੇ ਬੜੀ ਸੁਚੇਤ ਹੋ ਕੇ ਇਹ ਜੋ ਆਪਣੀ ਜ਼ਿੰਦਗੀ 'ਚ ਮੈਸੇਜ ਦਿੰਦੇ ਉਹ ਕਹਿੰਦੇ ਕਿ ਅਸੀਂ ਪੈਸਾ ਇਕੱਠਾ ਕਰਕੇ ਕੋਈ ਜਗ੍ਹਾ ਬਣਾਉਂਦੇ ਹਾਂ ਤੇ ਮੇਰਾ ਖਿਆਲ ਹੈ ਉਹਨਾਂ ਬਹੁਤ ਪਰਵਾਹ ਹੁੰਗਾ ਰਹੇ ਨੇ ਪਰ ਜਦ ਉਹਨਾਂ ਨੇ ਖੁਦ ਨੇ ਇਹ ਫੈਸਲਾ ਲਿੱਤਾ ਕਿ ਉਹਨਾਂ ਨੇ ਕੋਈ ਕਿਸੇ ਤੋਂ ਇਸ ਚੀਜ਼ ਵਾਸਤੇ ਕਿਸੇ ਜਗ੍ਹਾ ਵਾਸਤੇ ਕੋਈ ਫੰਡ ਵਗੈਰਾ ਨਹੀਂ ਮੰਗਣਾ ਸੋ ਮਾਚੋ ਕੀ ਇੱਕ ਬਜਟ ਵੀ ਜਦੋਂ 5 ਲੱਖ ਰੁਪਏ ਚੰਡੀਗੜ੍ਹ ਅੰਮ੍ਰਿਤਸਰ ਸਕੂਲ ਆਫ ਡਰਾਮਾ ਨੂੰ ਦਿੱਤੇ ਗਏ ਸੀ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਸੀ ਤਾਂ ਕਿ ਉਹ ਕੁਝ ਸਥਾਪਿਤ ਕਰ ਸਕਣ ਉਹਨਾਂ ਨੇ ਉਹ ਵੀ ਲੈਣ ਤੋਂ ਇਨਕਾਰ ਕੀਤਾ ਸੀ ਤੇ ਅਸੀਂ ਕਿਸੇ ਵੀ ਇੰਡੀਵਿਜੂਅਲ ਤੋਂ ਜਾਂ ਸਰਕਾਰ ਤੋਂ ਫੰਡ ਨਹੀਂ ਲੈਣਾ ਚਾਹੁੰਦੇ ਜੇ ਸਰਕਾਰ ਆਪਣੇ ਤੌਰ ਤੇ ਉਹਨਾਂ ਦੀ ਕੋਈ ਕਦੀ ਸੋਚਦੀ ਹੈ ਕਿ ਇੱਕ ਉਹ ਪੰਜਾਬ ਦੀ ਨਿਉਗੀ ਹਸਤੀ ਸੀ ਸਿਰਫ ਉਹੀ ਹੁਣ ਤੱਕ ਉਹ ਨਾਟਕਕਾਰ ਨੇ ਜਿਨ੍ਹਾਂ ਨੂੰ ਕੀ ਕਈਦਾ ਕਈ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਜਿਹੜੇ ਭਾਰਤ ਦੇ ਸਭ ਤੋਂ ਵੱਡੇ ਸੱਭਿਆਚਾਰੀ ਨਾਲ ਜੁੜੇ ਪੁਰਸਕਾਰ ਨੇ ਉਹਨਾਂ ਨੂੰ ਮਿਲੇ ਨੇ ਤੇ ਉਹ ਫੈਲੋ ਵੀ ਸੀਗੇ ਰਾਸ਼ਟਰੀ ਸੰਗੀਤ ਨਾਟਕ ਅਕੈਡਮੀ ਦੇ ਜੇ ਕਦੀ ਪੰਜਾਬ ਸਰਕਾਰ ਜਾਂ ਕੋਈ ਵੀ ਸਰਕਾਰ ਆਪਣੇ ਤੌਰ ਤੇ ਉਹਨਾਂ ਦੀ ਕੋਈ ਯਾਦਗਾਰ ਬਣਾਉਣਾ ਚਾਹੇ ਤਾਂ ਬੜੀ ਅੱਛੀ ਗੱਲ ਹੈ ਪਰ ਅਸੀਂ ਕਦੀ ਵੀ ਕਿਸੇ ਤੋਂ ਕਿਸੇ ਤੋਂ ਨਾ ਸਰਕਾਰ ਤੋਂ ਨਾ ਕਿਸੇ ਸੰਸਥਾ ਤੋਂ ਕੁਝ ਪੈਸੇ ਦੀ ਉਮੀਦ ਕਰਾਂਗੇ ਜਿੰਨੇ ਸਾਡੇ ਕੋਲ ਰਿਸੋਰਸਸ ਨੇ ਸਾਡੇ ਕੋਲ ਘੱਟ ਸੀਗਾ ਉਹ ਉਹਨੂੰ ਅਸੀਂ ਯਾਦਗਾਰ ਔਰ ਉਸ ਤੋਂ ਅੱਗੇ ਵੀ ਉਹਨੂੰ ਵਦਾਨ ਦੀ ਉਹਨਾਂ ਦੀ ਸੋਚ ਨੂੰ ਕੋਸ਼ਿਸ਼ ਕਰਾਂਗੇ ਡਾਕਟਰ ਅਰੀਤ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਗੌਤਮ ਨਵਲੱਖਾ ਹੋਰਾਂ ਦੀ ਤੇ ਵਰਵਰਾ Rao ਹੋਰਾਂ ਦੀ ਜੋ ਇਸ ਵੇਲੇ ਸਲਾਖਾਂ ਪਿੱਛੇ ਨੇ ਤੇ ਜੇ ਉਹ ਜਿਉਂਦੇ ਹੁੰਦੇ ਗੁਰਚਰਨਪਾ ਜੀ ਤਾਂ ਹੋ ਸਕਦਾ ਹੈ ਉਹ ਵੀ ਉਹਨਾਂ ਨਾਲ ਹੁੰਦੇ ਜਿਹੋ ਜੇ ਸਾਡੇ ਇਸ ਵੇਲੇ ਹਾਲਾਤ ਬਣੇ ਹੋਏ ਨੇ ਕਿਉਂਕਿ ਉਹਨਾਂ ਨੇ ਲੋਕਾਂ ਦੇ ਹੱਕ ਵਿੱਚ ਬੋਲਣਾ ਹੀ ਸੀ ਤੇ ਜਿੱਥੋਂ ਤੱਕ ਉਹਨਾਂ ਦੀ ਸੋਚ ਦਾ ਸਵਾਲ ਹੈ ਸਭ ਦਾ ਹੀ ਇਹ ਮੰਨਣਾ ਹੈ ਕਿ ਉਹਨਾਂ ਦੀ ਯਾਦਗਾਰ ਨਾਲ ਉਹਨਾਂ ਦੀ ਸੋਚ ਜਿਉਂਦੀ ਰਹਿਣੀ ਜ਼ਰੂਰੀ ਹੈ ਤੇ ਇਸ ਇਸ ਹਿਸਾਬ ਦਾ ਇਹੀ ਬਣਦਾ ਹੈ ਕਿ ਜਿਹੜੀ ਉਹਨਾਂ ਦੀ ਯਾਦਗਾਰ ਹੋਵੇ ਉਹ ਇਸ ਕਿਸਮ ਦੀ ਹੋਵੇ ਕਿ ਜਿੱਥੇ ਸੰਵਾਦ ਚਰ ਸਕੇ ਗੋਸ਼ਟੀਆਂ ਹੋ ਸਕਣ ਤੇ ਲੋਕਾਂ ਦੇ ਹਿੱਤਾਂ ਦੀ ਗੱਲ ਕੀਤੀ ਜਾ ਸਕੇ ਕੀ ਤੁਸੀਂ ਇਸ ਤਰ੍ਹਾਂ ਦਾ ਕੋਈ ਕੋਈ ਅਧਿਆਨ ਕੇਂਦਰ ਜਾਂ ਕੋਈ ਇਹੋ ਜਿਹਾ ਪਲੇਟਫਾਰਮ ਉਹਨਾਂ ਦੇ ਨਾਂ ਤੇ ਹੋ ਸਕਦਾ ਆ ਜਿੱਥੇ ਬੈਠ ਕੇ ਲੋਕਾਂ ਦੀ ਗੱਲ ਚਰ ਸਕੇ ਬਿਲਕੁਲ ਬਿਲਕੁਲ ਮੈਂ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀ ਉਹਨਾਂ ਦੇ ਯਾਦਗਾਰ ਹੋਏ ਉਹ ਕਿਸੇ ਤਰੀਕੇ ਦਾ ਮਤਲਬ ਸਟੱਡੀ ਸਰਕਲ ਜਾਂ ਇਸ ਤਰ੍ਹਾਂ ਕੋਈ ਗੱਲ ਬਣੇ ਜਿੱਥੇ ਉਹਨਾਂ ਦੇ ਵਿਚਾਰਾਂ ਨੂੰ ਅੱਗੇ ਤੋਰਨ ਵਾਲੇ ਲੋਕ ਮਿਲ ਕੇ ਬੈਠ ਸਕਣ ਤੇ ਉਹਨਾਂ ਦੇ ਵਿਚਾਰਾਂ ਨੂੰ ਅੱਗੇ ਤੋਰਿਆ ਜਾ ਸਕੇ ਕਿਉਂਕਿ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਸਾਥ ਦੀ ਜ਼ਰੂਰਤ ਹੈ ਸਾਨੂੰ ਆਪਣੀ ਆਵਾਜ਼ ਨੂੰ ਬਹੁਤ بلند ਕਰਨ ਦੀ ਜ਼ਰੂਰਤ ਹੈ ਇਸ ਵਕਤ ਕਿਉਂਕਿ ਜਿਸ ਤਰ੍ਹਾਂ ਦੂਸਰਾ ਰੋਲਾ ਜਿਹੜਾ ਚੱਲ ਰਿਹਾ ਹੈ ਇਸ ਵਕਤ ਜਾਏ ਮਾਈਨੋਰਟੀਜ਼ ਦੇ ਖਿਲਾਫ ਹੈ ਚਾਹੇ ਜਿਸ ਤਰ੍ਹਾਂ ਬਿਲਕੁਲ ਬੇਸ਼ਰਮੀ ਦੇ ਨਾਲ ਹਾਕਮ ਜਮਾਤਾਂ ਇਸ ਵਕਤ ਖੜੀਆਂ ਹਨ ਲੋਕਾਂ ਦਾ ਦਮਨ ਕਰ ਰਹੀਆਂ ਹਨ ਜਿਹੜੀ ਵੀ ਕੋਈ ਵਿਰੋਧੀ ਆਵਾਜ਼ ਉੱਠ ਰਹੀ ਹੈ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਤੇ ਸਾਡਾ ਸਭ ਦਾ ਫਰਜ਼ ਵੀ ਬੰਦਾ ਜਿੰਨੇ ਸਾਡੇ ਮੀਨਸ ਨੇ ਅਸੀਂ ਪਾਪਾ ਦੇ ਨਾਮ ਦੇ ਉੱਤੇ ਉਸ ਨੂੰ ਵਿਦਾਨ ਦੀ ਪੂਰੀ ਸਾਡੀ ਹੈ ਪਲਾਨ ਕਿ ਅਸੀਂ ਇਸ ਨੂੰ ਅੱਗੇ ਲੈ ਕੇ ਜਾਈਏ ਤਾਂ ਕਿ ਇਹ ਗੈਲਰੀ ਇੱਕ ਸ਼ੁਰੂਆਤ ਹੈ ਇਹ ਅਜੇ ਹੋਰ ਇਹਦੇ ਵਿੱਚ ਹੋਰ ਕਈ ਚੀਜ਼ਾਂ ਜਿਹੜੀਆਂ ਉਹ ਐਡ ਹੋਣੀਆਂ ਚਾਹੀਦੀਆਂ ਹਨ ਹੋਣਗੀਆਂ ਤੇ ਇਹੀ ਸਾਡੀ ਪਲਾਨ ਹੈ ਯਾਨੀ ਕਿ ਆਸ ਰੱਖੀ ਜਾ ਸਕਦੀ ਹੈ ਕਿ ਕਿ ਗੁਰਸ਼ਰਨ ਭਾਜੀ ਦੇ ਨਾਂ ਤੇ ਕੋਈ ਇਹੋ ਜਿਹਾ ਥਾਂ ਹੋਏਗਾ ਇਹੋ ਜਿਹਾ ਪਲੇਟਫਾਰਮ ਹੋਏਗਾ ਜਿੱਥੇ ਲੋਕ ਪੱਖੀ ਜਿਹੜੀਆਂ ਤਾਕਤਾਂ ਨੇ ਜਾਂ ਧਿਰਾਂ ਨੇ ਲੋਕ ਪੱਖੀ ਧਿਰਾਂ ਉਹ ਆਪਣੇ ਸਿਰ ਜੋੜ ਕੇ ਕੋਈ ਇਹੋ ਜਿਹੀ ਵਿਚਾਰ ਚਰਚਾ ਕਰ ਸਕਦੀਆਂ ਹੋਣਗੀਆਂ ਜਿੱਥੇ ਲੋਕਾਂ ਦੇ ਹਿੱਤ ਵਿਚਾਰੇ ਜਾਣ ਤੇ ਪ੍ਰੋਟੈਕਟ ਕੀਤੇ ਜਾਣ ਜਿੱਥੇ ਇਹੋ ਜਿਹੀ ਗੱਲ ਤੁਰੇ ਬਿਲਕੁਲ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਤੇ ਇਸ ਤੋਂ ਇਲਾਵਾ ਮੈਂ ਕਹਿੰਦੀ ਆ ਕਿ ਬਹੁਤ ਪਵਨ ਤੇ ਬਹੁਤ ਕੁਝ ਬਣ ਜਾਂਦਾ ਹੈ ਬਨਾਇਆ ਜਾ ਸਕਦਾ ਹੈ ਪਰ ਜੇ ਵਿਚਾਰ دب ਗਏ ਤੇ ਉਹ ਪਵਨ ਦਾ ਕੋਈ ਫਾਇਦਾ ਨਹੀਂ ਹੈ ਸਾਡੇ ਕੋਲ ਬਹੁਤ ਲਿਮਿਟਡ ਜਗਾ ਹੈ ਇੱਕ ਫਲੈਟ ਹੈ ਚੰਡੀਗੜ੍ਹ ਦੇ ਇੱਕ ਸੜਕ ਦੇ ਅੰਦਰ ਗਲੀ ਵਿੱਚ ਕੋਈ ਉਹ ਕੋਈ ਬਹੁਤ ਵੱਡੀ ਕੋਈ ਇਮਾਰਤ ਨਹੀਂ ਹੈ ਸਾਡੇ ਕੋਲ ਪਰ ਜੋ ਕੁਝ ਹੈ ਉਹਨੂੰ ਅਸੀਂ ਬਦਲਣਾ ਵੀ ਨਹੀਂ ਚਾਹਦੇ ਕਿਉਂਕਿ ਉਸੇ ਹੀ ਜਗਾ ਨਾਲ ਪਾਪਾ ਜਿਹੜੇ ਹੈ ਉਹਨਾਂ ਦਾ শারীরিক রূপ ਵਿੱਚ ਜਾਂ ਜੋ ਵੀ ਕਹਿ ਲਓ ਉਹ ਜੁੜੇ ਹੋਏ ਸੀ ਸੋ ਅਸੀਂ ਚਾਹੁੰਦੇ ਹਾਂ ਕਿ ਉਸੇ ਜਗ੍ਹਾ ਨੂੰ ਅਸੀਂ ਆਉਣ ਵਾਲੇ ਸਮਿਆਂ ਵਿੱਚ ਵਿਕਸਿਤ ਕਰੀਏ ਐਕਸਟਰਾ ਡੀ ਸਰਕਲ ਜਾਂ ਇਸ ਤਰ੍ਹਾਂ ਦੀ ਕਿਸੇ ਪਲੇਟਫਾਰਮ ਦੇ ਤੌਰ ਤੇ ਬਿਲਕੁਲ ਤੇ ਕੀ ਤੁਸੀਂ ਜਿਹੜੇ ਸਮਰੱਥ ਲੋਕ ਨੇ ਪਰ ਉਹਨਾਂ ਦੀ ਵਿਚਾਰਧਾਰਾ ਦੀ ਹਮਾਇਤ ਕਰਦੇ ਨੇ ਜਾਂ ਇਸੇ ਵਿਚਾਰਧਾਰਾ ਤੇ ਦੁਰਦੇ ਰਹੇ ਨੇ ਉਹਨਾਂ ਦੀ ਹਮਾਇਤ ਜਾਂ ਉਹਨਾਂ ਦਾ ਕਿਸੇ ਨਾ ਕਿਸੇ ਰੂਪ ਵਿੱਚ ਸਮਰਥਨ ਲੈਣਾ ਚਾਹੋਗੇ ਭਾਵੇਂ ਉਹ ਵਿੱਤੀ ਰੂਪ ਵਿੱਚ ਹੋਵੇ ਮਤਲਬ ਸਾਰਾ ਸਮਰਥਨ ਠੀਕ ਹੈ ਸਿਰਫ ਵਿੱਤੀ ਰੂਪ ਵਿੱਚ ਕੋਈ ਵੀ ਚੀਜ਼ ਲੈਂਵਿਜ ਵਿੱਚ ਅਸੀਂ ਗੁਰੇਜ਼ ਕਰਾਂਗੇ ਕਿਉਂਕਿ ਜਦੋਂ ਤੁਸੀਂ ਕੋਈ ਪੈਸਾ ਚਲਾ ਜਾਂਦਾ ਹੈ ਜਿਸ ਤਰ੍ਹਾਂ ਕਿ ਤੁਸੀਂ ਸ਼ਾਇਦ ਮੈਂ ਇੱਥੇ ਕਹਿਣਾ ਮੈਨੂੰ ਨਹੀਂ ਪਤਾ ਕਿ ਠੀਕ ਹੋਏਗਾ ਜਾਂ ਗਲਤ ਹੋਏਗਾ ਜਦੋਂ ਸੀ ਇਹ ਫੈਸਲਾ ਲਿੱਤਾ ਕਿ ਪਾਪਾ ਦੇ ਨਾਮ ਦੀ ਗੈਲਰੀ ਇੱਥੇ ਬਣੇਗੀ ਜਿਹੜੀ ਕਿ ਅਨੀਤਾ ਨੇ ਹੀ ਸ਼ੁਰੂ ਕੀਤੀ ਸੀ ਤੇ ਉਹਨਾਂ ਦੀ ਜ਼ਿੰਦਗੀ ਵੀ ਸ਼ੁਰੂ ਕੀਤੀ ਸੀ ਉਹ ਉਹਨਾਂ ਦੇ ਜੀਵਨ ਟਾਈਮ ਦੇ ਵਿੱਚ ਉਹਨੇ ਉਹਨਾਂ ਦੇ ਨਾਮ ਤੇ ਥੀਏਟਰ ਫੈਸਟੀਵਲ ਸ਼ੁਰੂ ਕੀਤਾ ਸੀ ਫੇਰ ਵੀ ਜਦੋਂ ਅਸੀਂ ਇਹ ਫੈਸਲਾ ਲਿੱਤਾ ਪਰਿਵਾਰ ਨੇ ਮੰਮੀ ਨੇ ਖਾਸ ਤੌਰ ਤੇ ਕਿ ਅਨੀਤਾ ਤੇ ਸ਼ਬਦੀਸ਼ ਉਥੇ ਹੀ ਰਹਿਣਗੇ ਤੇ ਕੁਝ ਲੋਕਾਂ ਨੇ ਇਹਦਾ ਬੜਾ ਵਿਰੋਧ ਕੀਤਾ ਤੇ ਉਸ ਵਕਤ ਅਸੀਂ ਬੜੀ ਸਖਤੀ ਨਾਲ ਕਿਹਾ ਕਿ ਜੋ ਇੱਕ ਕਾਰ ਹੈ 124543b ਇਹਦੇ ਵਾਸਤੇ ਅਸੀਂ ਕਿਸੇ ਵੀ ਸੰਸਥਾ ਕਿਸੇ ਵੀ ਵਿਅਕਤੀ ਤੋਂ ਕੋਈ ਕਦੀ ਕੋਈ ਦਾਨ ਜਾਂ ਕੋਈ ਵੀ ਮਦਦ ਨਹੀਂ ਲਈ ਹੋਈ ਇਹ ਇੱਕ ਪਰਿਵਾਰ ਦਾ ਕਾਰਸੀ ਸਾਡਾ ਚਾਰ ਜੀਆ ਦਾ ਪਾਪਾ ਮੰਮੀ ਅਸੀਂ ਦੋ ਪੈਣਾ ਤੇ ਇਹ ਅਸੀਂ ਜਿਹੜੇ ਪਾਪਾ ਦੇ ਜਾਣ ਤੋਂ ਬਾਅਦ ਜਿਹੜੇ ਤਿੰਨ ਜੀ ਸੀਗੇ ਉਹਨਾਂ ਨੇ ਇਹ ਨਿਰਣੇ ਲਿਆ ਤੇ ਬਾਕੀਆਂ ਨੂੰ ਇਹਦੇ ਉੱਤੇ ਕਿੰਤੂ ਪ੍ਰੰਤੂ ਕਰਨ ਦਾ ਕੋਈ ਹੱਕ ਨਹੀਂ ਹੈ ਸੋ ਉਸੇ ਹੀ ਉਹ ਅਜ ਕਹਿੰਦੇ ਆ ਕਿ ਅਸੀਂ ਜੇ ਕਿਸੇ ਤੋਂ ਕੁਝ ਲੈ ਲਵਾਂਗੇ ਤੇ ਅਸੀਂ ਸ਼ਾਇਦ ਕਿਸੇ ਤਰੀਕੇ ਨਾਲ ਦਬ ਜਾਵਾਂਗੇ ਔਰ ਜਿਸ ਤਰ੍ਹਾਂ ਪਾਪਾ ਨੇ ਆਪਣੀ ਜ਼ਿੰਦਗੀ ਬਹੁਤ ਨਿਡਰ ਹੋ ਕੇ ਤੇ ਸਾਨੂੰ ਪਤਾ ਹੈ ਬਚਪਨ ਤੋਂ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਨੂੰ ਕਿੰਨੀ ਕ੍ਰਿਟਿਸਿਜ਼ਮ ਸਹਿਣਾ ਪਿਆ ਸੀ ਤੇ ਉਹਨਾਂ ਨੇ ਆਪਣੀ ਜੋ ਵੀ ਉਹਨਾਂ ਕੋਲ ਸਮਰੱਥਾ ਸੀ ਆਪਣੀ ਤਨਖਾਹ ਸੀ ਸ਼ੁਰੂ ਵਿੱਚ ਜਿਹਦੇ ਵਿੱਚ ਉਹ ਸਰਦਲ ਕੀ ਕਈ ਦਾ ਪਰਚਾ ਛਾਪਦੇ ਸੀ ਬਲਰਾਤ ਸਾਨੀ ਯਾਦਗਾਰ ਪ੍ਰਕਾਸ਼ਨ ਵਕਤ ਬਲਰਾਤ ਸਾਨੀ ਜੀ ਨੇ ਉਹਨਾਂ ਨੂੰ 5000 ਰੁਪਏ ਦਿੱਤੇ ਪਰ ਉਸ ਤੋਂ ਬਾਅਦ ਉਹ ਕਈ ਕਿੰਨਾ ਲੰਮਾ ਸਮਾਂ ਉਹ ਜਿਹੜਾ ਪ੍ਰਕਾਸ਼ਨ ਸੀਗਾ ਉਹ ਬਹੁਤ ਪੈਸਾ ਮੰਗਦਾ ਸੀ ਤੇ ਇਸ ਤੋਂ ਇਲਾਵਾ ਉਹ ਕਿਸ ਤਰ੍ਹਾਂ ਆਪਣੇ ਰਿਸੋਰਸਸ ਸਿਰਫ ਆਪਣੇ ਉਹਦੇ ਤੇ ਮੈਨੇਜ ਕਰਦੇ ਰਹੇ ਤੇ ਉਹ ਚੱਲਦੇ ਰਹੇ ਕਿਉਂਕਿ ਉਹ ਈਮਾਨਦਾਰੀ ਤੇ ਚਲੋ ਕੋਈ ਐਸੀ ਵੱਡੀ ਚੀਜ਼ ਨਹੀਂ ਹੈ ਜਿਹਦੇ ਅਸੀਂ ਕਹੀਏ ਵੀ ਅਸੀਂ ਇਮਾਨਦਾਰਾਂ ਇਮਾਨਦਾਰ ਤੇ ਹੋਣਾ ਹੀ ਚਾਹੀਦਾ ਉਹ ਤੇ ਕੋਈ ਵੱਡੀ ਗੱਲ ਨਹੀਂ ਹੈ ਪਰ ਜਿੰਨੀ ਤੁਹਾਡੀ ਸਮਰੱਥਾ ਹੈ ਉਹਦੇ ਹਿਸਾਬ ਨਾਲ ਕੰਮ ਉਹਨਾਂ ਨੇ ਕੀਤਾ ਹੈ ਕਦੀ ਕਿਸੇ ਅੱਗੇ ਪੱਲਾ ਨਹੀਂ ਆਪਨਾ ਕੀਤਾ ਸੀ ਜਨਤਾ ਅੱਗੇ ਜ਼ਰੂਰ ਕੀਤਾ ਸੀ ਕਰਦੇ ਸੀ ਉਹ ਡਰਾਮੇ ਉਹ ਕਹਿੰਦੇ ਬੜੇ ਮਾਣ ਨਾਲ ਕਰਦੇ ਸੀ ਕਿ ਮੈਂ ਚੋਲੀ ਅੱਡ ਕੇ ਲੋਕਾਂ ਕੋਲੋਂ ਲੈ ਰਿਆ ਉਹ ਅਲੱਗ ਚੀਜ਼ ਹੈ ਪਰ ਅਸੀਂ ਚੋਲੀ ਅੱਡ ਕੇ ਜੇ ਕੋਈ ਇਮਾਰਤ ਖੜੀ ਕਰ ਦਿਆਂਗੇ ਉਹਨਾਂ ਦੇ ਨਾਮ ਦੀ ਤਾਂ ਮੈਂ ਅਸੀਂ ਨਹੀਂ ਕਰਨਾ ਚਾਹੁੰਦੇ ਪਰ ਗੁਰਸ਼ਰਨ ਪਾਜੀ ਠੀਕ ਹੈ ਤੁਸੀਂ ਪਰਿਵਾਰ ਸੋਂ ਉਹਨਾਂ ਦਾ ਦੋਵੇਂ ਭੈਣਾ ਹਨਾ ਉਹ ਤੁਹਾਡੇ ਮਾਪੇ ਸਨ ਦੋਵੇਂ ਤੇ ਪਰ ਉਹ ਗੁਰਸ਼ਰਨ ਪਾਜੀ ਲੋਕਾਂ ਦੇ ਵੀ ਤਾਂ ਸੀ ਨਾ ਜਿਹੜੇ ਪਿੰਡਾਂ ਵਿੱਚ ਗੱਡੇ ਜੋੜ ਕੇ ਥੀਏਟਰ ਕਰਦੇ ਰਹੇ ਨੇ ਕਿਰਤੀ ਲੋਕ ਹਮ ਹਮਾ ਕੇ ਉਹਨਾਂ ਤੱਕ ਪਹੁੰਚਦੇ ਰਹੇ ਨੇ ਤੇ ਖਾਸ ਕਰਕੇ ਔਰਤਾਂ ਦੇ ਔਰਤਾਂ ਨੂੰ ਬਰਾਬਰ ਲਿਆਉਣ ਵਿੱਚ ਉਹਨਾਂ ਨੇ ਬਹੁਤ ਕੀ ਕਹਿ ਸਕਦੇ ਆ ਕਿ ਬਹੁਤ ਜ਼ਿਆਦਾ ਉਹ ਉਪਰਾਲੇ ਕੀਤੇ ਸੀ ਤੇ ਉਹ ਬੋਲਦੇ ਸੀ ਹਰ ਤਾਂ ਉਹ ਚਾਹੁੰਦੇ ਸੀ ਕਿ ਔਰਤਾਂ ਜ਼ਰੂਰ ਔਰਤਾਂ ਦੀ ਹਾਜ਼ਰੀ ਹੋਵੇ ਹਰੇਕ ਨਾਟਕ ਦੇ ਸ਼ੋਅ ਵਿੱਚ ਤੇ ਇਸ ਤਰ੍ਹਾਂ ਉਹ ਲੋਕਾਂ ਦੇ ਵੀ ਸਨ ਤੇ ਫਿਰ ਜੇ ਲੋਕ ਖੁਦ ਆ ਕੇ ਤੁਹਾਨੂੰ ਕਹਿਣਗੇ ਤਾਂ ਫਿਰ ਤੁਸੀਂ ਕੀ ਆਖੋਗੇ ਮੈਂ ਇੱਕ ਟਾਈਮ ਵਿੱਚ ਅਸੀਂ ਸੋਚਿਆ ਸੀ ਕਿ ਅਸੀਂ ਜੇ ਕੋਈ ਹੈ ਉਹ ਜੀ ਪ੍ਰੋਪੋਜ਼ਲ ਬੰਦੀ ਹੈ ਕੋਈ ਤੇ ਅਸੀਂ ਉਹਦੇ ਵਿੱਚ ਜੋ ਕੁਝ ਕਰ ਸਕਾਂਗੇ ਜੇ ਕੋਈ ਉਹਨਾਂ ਦੇ ਨਾਮ ਤੋਂ ਕੋਈ ਜਿਸ ਤਰ੍ਹਾਂ ਕਿ ਕੋਈ ਥੀਏਟਰ ਬੰਦਾ ਜਿਸ ਤਰ੍ਹਾਂ ਆ ਆਕੀ ਕਹਿੰਦੇ ਆਪਣਾ ਦੇਸ਼ ਭਗਤ ਹਾਲ ਹੈ ਇਸ ਤਰ੍ਹਾਂ ਦੀਆਂ ਤਰਕਸ਼ੀਲ ਪਵਨ ਹੈ ਇਸ ਤਰ੍ਹਾਂ ਦੀ ਕੋਈ ਅੰਦੀ ਹੈ ਕੋਈ ਲੋਕ ਮਿਲ ਕੇ ਸਾਨੂੰ ਕਹਿੰਦੇ ਆ ਕਿ ਅਸੀਂ ਸਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਤੇ ਉਹਦੇ ਵਾਸਤੇ ਅਸੀਂ ਜੋ ਵੀ ਹੋ ਸਕੇਗਾ ਕਰਾਂਗੇ ਅਸੀਂ ਇਵਨ ਮੈਂ ਇਸ ਟਾਈਮ ਅਸੀਂ ਇਹ ਵੀ ਕਿਹਾ ਸੀ ਕਿ ਅਸੀਂ ਇਹ 1245 ਵਾਲੇ ਘਰ ਨੂੰ ਵੇਚ ਦਿੰਦੇ ਹਾਂ ਤੇ ਇਹਦੇ ਤੋਂ ਜੋ ਵੀ ਸਾਨੂੰ ਰਕਮ ਮਿਲੇਗੀ ਉਹ ਵੀ ਅਸੀਂ ਉਸ ਪ੍ਰੋਪੋਜ਼ਲ ਵਿੱਚ ਪਾਉਣ ਨੂੰ ਤਿਆਰ ਆ ਜੇ ਕੋਈ ਹੋਰ ਕੋਈ ਆ ਉਹ ਜਿਹਾ ਪਰ ਅਜੇ ਤੱਕ ਕਦੀ ਵੀ ਕੋਈ ਆ ਉਹ ਜੀ ਸਾਨੂੰ ਕਿਸੇ ਨੇ ਵੀ ਕੋਈ ਪ੍ਰੋਪੋਜ਼ਲ ਨਹੀਂ ਦਿੱਤੀ ਹੈ ਤੇ ਸੋ ਇਸ ਵਕਤ ਆਪਣੀ ਪਰਿਵਾਰ ਦੀ ਸਮਰਥਾ ਦੇ ਅਨੁਸਾਰ ਤੇ ਅਨੀਤਾ ਦੀ ਕੋਆਪਰੇਸ਼ਨ ਨਾਲ ਜੋ ਅਸੀਂ ਕਰ ਸਕਦੇ ਸੀ ਉਹ ਹੀ ਅਸੀਂ ਕਰ ਪਾਏ ਹਾਂ ਪਰ ਫੇਰ ਵੀ ਮੈਂ ਕਹਾਂਗੀ ਫੇਰ बार-बार ਕਹਾਂਗੀ ਕਿ ਅਸੀਂ ਉਹਨਾਂ ਦੀ ਯਾਦ ਨੂੰ ਨਹੀਂ ਉਹਨਾਂ ਦੇ ਵਿਚਾਰ ਨੂੰ ਜਿਵੰਤ ਰੱਖਣਾ ਚਾਹੁੰਦੇ ਹਾਂ ਜੀ ਗੁਰਸ਼ੰਪਾ ਜੀ ਦੀ ਯਾਦਗਾਰ ਤੋਂ ਵੀ ਵੱਡਾ ਹੈ ਕਿ ਉਹਨਾਂ ਦਾ ਵਿਚਾਰ ਦਾ ਜਿਉਂਦੇ ਰਹਿਣਾ ਤੇ ਉਹ ਲੜੀ ਵਿਚਾਰਾਂ ਦੀ ਅੱਗੇ ਤੁਰਦੀ ਰਹਿਣਾ ਸੰਵਾਦ ਦੀ ਸੰਭਾਵਨਾ ਬਣੀ ਰਹਿਣਾ ਜੋ ਸਭ ਤੋਂ ਵੱਡੀ ਗੱਲ ਹੈ ਤੇ ਡਾਕਟਰ ਅਰੀਤ ਜੀ ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ ਤੁਹਾਡਾ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹੁੰਦਾ ਵੀ ਬਹੁਤ ਜ਼ਿਆਦਾ